ਕੀ ਹਾਲ ਚਾਲ ਦੋਸਤੋ, ਸਵਾਗਤ ਆ ਤੁਹਾਡਾ ਸਾਡੇ ਚੈਨਲ ਦੇ ਚੌਥੇ ਵਲੌਗ 'ਚ। ਅਤੇ ਅੱਜ ਆਪਾਂ ਚੱਲੇ ਹਾਂ ਪਿੰਡ ਸੰਧਾਰਸੀ ਬਾਈ ਮਨਿੰਦਰ ਸਰਵਾਰ ਦੇ ਸਟੱਡ ਫਾਰਮ 'ਤੇ, ਜੋ ਕਿ ਸ਼ੰਭੂ ਬੈਰੀਅਰ ਦੇ ਨੇੜੇ ਲੋਕੇਟਡ ਆ, ਅਤੇ ਦਿਖਾਉਂਦੇ ਹਾਂ ਬਾਈ ਦੇ ਚੰਗੇ ਚੰਗੇ ਜਾਨਵਰ, ਅਤੇ ਲੈਂਦੇ ਹਾਂ ਬਾਈ ਤੋਂ ਘੋੜਿਆਂ ਬਾਰੇ ਬਹੁਤ ਅਹਿਮ ਜਾਣਕਾਰੀ। ਵੀਡੀਓ ਨੇ अपनी स्क्रीन से देख सकते हैं बई उन्हें ब्रूड मेयर है। यदि एज तकरीबन 7 साल है। यह डायरैक्ट शानदार भी है। तो जोड़ा ये पिछे बच्चा है, ये मक्खन घोड़े का कोल्ट है। तुम खूबसूरती घोड़े की तुरंत स्टाइल तो एटीट्यूड घोड़ी का चैक कर सकते हो। बाली चंगी तो सुनखी घोड़ी है। Told your friend you're not okay, and tell me what's wrong and why you never said you felt that way. And guess you're trying to stay strong and fake a smile until I look away. ਤੇ ਵਸ਼ੇਰੀ ਦਾ ਨਾਮ ਹੈਗਾ ਜੀ ਨੈਨਤਾਰਾ। ਇਹ ਸੁਪਰਭਾਤ ਦੀ ਬੱਚੀ ਹੈ ਅਤੇ ਪ੍ਰਭਾਤ ਦੀ ਪੋਤੀ ਹੈ। ਦੇਵਲੀ ਲਾਈਨ 'ਚੋਂ ਇਹਦਾ ਪਿਛੋਕੜ ਹੈ। ਅਤੇ ਬਾਈ ਉਹਨਾਂ ਨੇ ਰੀਸੈਂਟਲੀ ਇਹ ਜੋਧਪੁਰ ਸ਼ੋਅ 2022 'ਚ ਲੈ ਕੇ ਗਏ ਸੀਗੇ। ਉੱਥੇ ਇਹ ਮਿਲਕਟੀਤ ਕੈਟੇਗਰੀ ਫਿਲੀ 'ਚ ਚੈਂਪੀਅਨ ਰਹੀ ਹੈ। ਤੁਸੀਂ ਚੈੱਕ ਕਰ ਸਕਦੇ ਹੋ ਵਸ਼ੇਰੀ ਦਾ ਨਖਰਾ ਅਤੇ ਨੈਕ ਕੈਰੇਜ ਅਤੇ ਕੰਨ ਕਨੌਤੀ ਦੀ ਬਹੁਤ ਚੰਗੀ ਹੈ। ਅਤੇ ਇਹਦੀ ਹਾਈਟ ਮਿਲਕਟੀਤ ਫਿਲੀ 'ਚ 62 ਹੋਊਗੀ ਐਟ ਦ ਮੂਮੈਂਟ। ਇਹ ਜੋ ਤੁਸੀਂ ਆਪਣੀ ਸਕਰੀਨ 'ਤੇ ਦੇਖ ਰਹੇ ਹੋ, ਇਹ ਹੈਗਾ ਬਾਈ ਉਹਨਾਂ ਦਾ ਦੋ ਦੰਦ ਵਸ਼ੇਰਾ, ਜੋ ਕਿ ਡਾਇਰੈਕਟ ਦਰਸ਼ਾਨ ਦਾ ਬੱਚਾ। ਇਹਦੀ ਹਾਈਟ ਇਸ ਸਮੇਂ 63 ਇੰਚਜ਼ ਹੈ। ਇਹ ਬਾਈ ਉਹਨਾਂ ਨੇ ਘਰੇ ਸਿਰਫ ਰਾਈਡਿੰਗ ਨੂੰ ਅਤੇ ਸ਼ੌਕ ਨੂੰ ਰੱਖਿਆ ਹੋਇਆ। ਅਤੇ ਬਾਕੀ ਸਾਰੀ ਇਨਫੋਰਮੇਸ਼ਨ ਆਪਾਂ ਬਾਈ ਤੋਂ ਲੈਣ ਦੀ ਕੋਸ਼ਿਸ਼ ਕਰਾਂਗੇ ਅਤੇ ਕਰਦੇ ਹਾਂ ਬਾਈ ਨਾਲ ਗੱਲਬਾਤ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਬਹੁਤ ਵਧੀਆ ਅਤੇ ਖੁੱਲ੍ਹੀਆਂ ਗੱਲਾਂ ਬਾਤਾਂ ਹੋਈਆਂ ਡਾਇਟ ਬਾਰੇ, ਬਰੀਡਿੰਗ ਬਾਰੇ ਅਤੇ ਘੋੜੇ ਦੇ ਰੱਖ ਰਖਾਵ ਬਾਰੇ। ਤੁਹਾਨੂੰ ਬਹੁਤ ਚੰਗੀਆਂ ਗੱਲਾਂ ਸਿੱਖਣ ਨੂੰ ਮਿਲ ਗਈਆਂ। ਸਾਰੇ ਵੀਰਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਹਰਪ੍ਰੀਤ ਸਿੰਘ ਅਤੇ ਨਾਲ ਬਾਈ ਅਜੀਤ ਫਰੌੜ ਅੱਜ ਫਿਰ ਤੁਹਾਡੇ ਦਰਮਿਆਨ ਇੱਕ ਨਵਾਂ ਬਲੌਗ ਲੈ ਕੇ ਆਏ ਹਾਂ। ਬਾਈ ਉਹਨਾਂ ਨਾਲ ਗੱਲ ਕਰਦੇ ਹਾਂ। ਬਾਈ ਮਨਿੰਦਰ ਸਿੰਘ ਜੀ, ਬਾਈ ਸਤਿ ਸ਼੍ਰੀ ਅਕਾਲ ਜੀ। ਅਤੇ ਬਾਈ ਉਹਨਾਂ ਨੇ ਜਿਹੜੇ ਜਿਹੜੇ ਵੀ ਜਾਨਵਰ ਰੱਖੇ ਹੋਏ ਨੇ, ਜਿਹੜੀ ਜਿਹੜੀ ਵੀ ਲੈਂਦੇ ਨੇ, ਕਦੋਂ ਤੋਂ ਘੋੜਿਆਂ ਦਾ ਕੰਮ ਕਰ ਰਹੇ ਨੇ, ਉਹਨਾਂ ਸਾਰਿਆਂ ਨਾਲ ਉਹਨਾਂ ਸਾਰਿਆਂ ਬਾਰੇ ਗੱਲ ਕਰਾਂਗੇ ਅਤੇ ਨਾਲ ਚਾਹ ਪੀਵਾਂਗੇ। ਹਾਂਜੀ ਬਾਈ, ਬਾਈ ਸਭ ਤੋਂ ਪਹਿਲਾਂ ਇਹ ਦੱਸੋ ਵੀ ਆਪਣੇ ਕੋਲ ਕਿਹੜੀ ਕਿਹੜੀ ਨਸਲ ਦੀ ਕਿਹੜੀ ਕਿਹੜੀ ਘੋੜੇ ਦੂਰੇ ਆਪਣੇ ਕੋਲ? ਇਸ ਟਾਈਮ ਮਾਰਵਾੜੀ ਘੋੜੇ ਦੀ, ਠੀਕ ਹੈ ਜੀ, ਜਿਹਦੇ 'ਚ ਇੱਕ ਆਪਣੇ ਕੋਲ ਕੋਲਟ ਹੈ, ਕੁਲਦੀਪ ਹੈ, ਠੀਕ ਹੈ ਜੀ, ਦਿਲੇ ਸ਼ਾਹ ਨਾਮ ਉਹਦਾ, ਅੱਛਾ ਜੀ, ਅਤੇ ਇੱਕ ਮਿਲਕਪ੍ਰੀਤ ਵਿਲੀ ਹੈ, ਠੀਕ ਹੈ ਜੀ, ਉਹਦਾ ਨਾਮ ਨੈਨਤਾਰਾ, ਨੈਨਤਾਰਾ, ਇੱਕ ਵੀਰੇ ਆਪਣੇ ਕੋਲ ਬਰੂਡ ਮੇਰ ਹੈ, ਉਹਦਾ ਨਾਮ ਅਜੀਰਾ, 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 ਹਾਂਜੀ। ਅਤੇ ਬਾਈ ਜੀ, ਜਿਹੜਾ ਆਪਣਾ ਉਹ ਮਤਲਬ ਘੋੜੀ ਹੈ ਮਾਰਵਾੜੀ, ਜਿਹਦੇ ਪਿੱਛੇ ਬੱਚਾ, ਹਾਂਜੀ, ਉਹ ਘੋੜੀ ਦੀ ਬਲੱਡ ਲਾਈਨ ਕੀ ਹੈ ਅਤੇ ਬੱਚਾ ਕੀ ਦਾ ਜੀ? ਕੀ ਵੀਰੇ, ਉਹ ਘੋੜੀ ਸ਼ਾਨਦਾਰ ਘੋੜੀ ਦੀ ਡਾਇਰੈਕਟ ਹੈ, ਠੀਕ ਹੈ ਜੀ, ਆਲੀਸ਼ਾਨ ਲਾਈਨ ਦੀ ਆਉਂਦੀ, ਹਾਂਜੀ, ਅਤੇ ਉਹਦੇ ਥੱਲੇ ਵੀਰੇ ਬੱਚਾ ਮੱਖਣ ਘੋੜੇ ਦਾ, ਮੱਖਣ ਐਡਮ ਦਾ, ਹਾਂ ਵੀਰੇ, ਲੋਹੜ ਵਾਲਾ, ਠੀਕ ਹੈ ਜੀ, ਨੀਲਾ ਘੋੜਾ, ਬਹੁਤ ਵੱਡਾ ਘੋੜਾ, ਬਹੁਤ ਸੁਨੱਖਾ ਘੋੜਾ ਜੀ, ਹਾਂਜੀ ਹਾਂਜੀ, ਬਹੁਤ ਸ਼ੋਅ ਵਿਨਰ ਵੀ ਹੈ, ਹਾਂਜੀ, ਕਾਫੀ ਵੀਰੇ 19 ਵਾਰ ਘੋੜਾ ਸ਼ੋਅ ਵਿਨਰ ਹੈ, 19 ਵਾਰ, ਹਾਂਜੀ ਵੀਰੇ, ਅਤੇ ਉਸ ਘੋੜੇ ਦਾ ਵੀਰੇ ਬੱਚਾ ਕੋਲਟ ਹੈ, ਠੀਕ ਹੈ ਜੀ। ਉਹ ਵੀਰੇ ਕਿੰਨੇ ਟਾਈਮ ਦਾ? ਉਬਰੇ ਘੋੜੇ ਆਪਣੇ ਕੋਲ 14 ਤਰੀਕ ਨੂੰ ਸੂਈ ਸੀਗੀ, ਤੁਸੀਂ ਕਹ ਲਓ ਡੇਢ ਮਹੀਨੇ ਦਾ ਦੋ ਮਹੀਨੇ ਉੱਤੇ ਹੀ ਹੋਊਗਾ, ਠੀਕ ਹੈ ਜੀ, ਹਾਂਜੀ। ਤੇ ਵੀਰੇ ਹੁਣ ਬੱਚੇ ਵਾਲੀ ਗੱਲ ਆ, ਜਿਵੇਂ ਛੋਟਾ ਬੱਚਾ ਹੈ, ਜਿਵੇਂ ਹੁਣ ਲਾ ਲਓ ਗਰਮੀ 'ਚ ਸੂਆ ਤੁਹਾਡੇ ਕੋਲ ਘੋੜੀ, ਤੇ ਉਹਦਾ ਮਾੜਾ ਮੋਟਾ ਕੀ ਧਿਆਨ ਰੱਖਣਾ ਚਾਹੀਦਾ ਮਤਲਬ ਗੱਲਾਂ ਦਾ? ਵੀਰੇ ਦੇਖੋ, ਆਪਾਂ ਲਗਭਗ ਕਹਿ ਸਕਦੇ ਹਾਂ 40-45 ਦਿਨ ਜਿੰਨਾ ਚਿਰ ਬੱਚਾ ਮਾਂ ਦੇ ਨਾਲ ਫੀਡ ਨਹੀਂ ਖਾਣ ਲੱਗਦਾ ਜਾਂ ਕੱਖ ਅੰਡਾ ਨਹੀਂ ਖਾਣ ਲੱਗਦਾ ਕੋਲੀ 'ਚੋਂ, ਉਹਨਾਂ ਚਿਰ ਵੀਰੇ ਉਹਦੀ ਮਾਂ ਦਾ ਦੁੱਧ ਪੀਣਾ ਹੁੰਦਾ, ਆਪਾਂ ਉਹਦੀ ਮਾਂ ਨੂੰ ਜਦੋਂ ਤੱਕ ਉਹਦੀ ਮਾਂ ਨੂੰ ਚੰਗੀ ਖੁਰਾਕ ਦੇ ਰਹੇ ਹਾਂ ਤਾਂ ਐਕਸਟਰਾ ਉਹਨੂੰ ਦੇਣ ਦੀ ਵੀਰੇ ਕੋਈ ਲੋੜ ਨਹੀਂ। ਬਾਈ ਬੱਚੇ ਮਾਂ ਦੇ ਖੂਨ ਦੇ ਬਾਲ ਵੀ ਖਾਂਦੇ ਨੇ ਵੀਰੇ? ਦੇਖੋ, ਫਿਰ ਗੱਲ ਸਾਫ਼ ਤੇ ਆ ਗਈ, ਹਾਂਜੀ, ਜੇ ਆਪਾਂ ਜਾਨਵਰਾਂ ਕੋਲ ਨੀਗਾ ਮਾਰ ਰਹੇ ਨੇ, ਅੱਜ ਵੀਰੇ ਆਪਣਾ ਜਾਨਵਰ ਧਰਤੀ ਨੂੰ ਮੂੰਹ ਪਾ ਰਿਹਾ ਜਾਂ ਲਿੱਤੀ ਨੂੰ ਮੂੰਹ ਪਾ ਰਿਹਾ ਜਾਂ ਚਰਸਾ ਜੰਮ ਰਿਹਾ ਜਾਂ ਬਾਲ ਨੂੰ ਮੂੰਹ ਪਾ ਰਿਹਾ, ਤਾਂ ਵੀਰੇ ਉਹਨੂੰ ਜਦੋਂ ਆਪਾਂ ਪਹਿਲਾਂ ਤਾਂ ਝਿੜਕਣ ਦੀ ਕੋਸ਼ਿਸ਼ ਕਰਦੇ ਹਾਂ,
ਝਿੜਕਣ ਤੋਂ ਹਟ ਜੂਗਾ। ਉਹ ਤੋਂ ਬਾਅਦ ਜਦੋਂ ਆਪਾਂ ਕਰਦੇ ਹਾਂ ਕਈ ਵਾਰੀ ਪੰਨੀ ਮੈਨੂੰ ਉਹਦੇ ਪੱਤਿਆਂ ਦਾ ਕੋਈ ਕੜੱਪਣ ਵਾਲੀ ਚੀਜ਼ ਲਾ ਦਿੰਦੇ ਹਾਂ ਵਾਲਾਂ ਵਾਲਾਂ ਨੂੰ, ਜੇ ਵੀ ਜਦੋਂ ਵਾਲ ਖਾਣ ਲੱਗ ਜਾਏ ਕਾਫ਼ੀ ਹੱਦ ਤੱਕ ਪ੍ਰੋਬਲਮ ਆ ਸਕਦੀ ਹੈ ਲੀਵਰ ਦੀ। ਕਈ ਵਾਰੀ ਬੱਚਾ ਖਾ ਜੇ ਤਾਂ ਸਾਡੇ ਭਰਾ ਕੋਲ ਐਵੇਂ ਨੁਕਸਾਨ ਹੋ ਗਿਆ ਸੀਗਾ ਬੱਚੇ ਦਾ। ਅੱਛਾ ਜੀ। ਉਹ ਮਾਂ ਦੀ ਪੂੰਛ ਦੇ ਵਾਲ ਖਾਈ ਜਾਂਦਾ ਸੀਗਾ, ਕਿਤੇ ਵੀਰੇ ਉਹਦੇ ਅੰਦਰ ਵਾਲ ਬੋਲ ਚਲੇ ਗਏ। ਗੁੱਛਾ ਬਣ ਗਿਆ ਹੋਣਾ। ਹਾਂ, ਉਹਨੂੰ ਵੀਰੇ ਮੋਹ ਕੇ ਨਹੀਂ ਉਹਦੀ ਬੱਚੇ ਦੀ ਹੈਗੀ, ਬੜਾ ਸੋਹਣਾ ਬੱਚਾ ਸੀਗਾ ਵੀਰੇ। ਡੇਢ ਦੋ ਮਹੀਨੇ ਬੱਚੇ ਬਹੁਤ ਜ਼ਿਆਦਾ ਮੋਹ 'ਚ ਰਿਹਾ ਉਹ। ਠੀਕ ਹੈ। ਉਹਦੀ ਮੋਹ ਨਹੀਂ ਮੰਨਦੀ ਬੱਚੇ ਦੇ ਬੈਠ ਕੇ। ਚੰਗਾ ਜਾਨਵਰ ਆਪਣੇ ਖੜਿਆ ਉਹ ਨੋਰਮਲੀ ਪਹਿਲਾਂ ਹੀ ਚੰਗਾ, ਜਦੋਂ ਆਪਾਂ ਲੱਗਦਾ ਵੀ ਹਾਂ ਯਾਰ ਬੱਚਾ ਹੁਣ ਫੀਡ ਲੈਣ ਲੱਗ ਗਿਆ ਆਪਣੇ ਕੋਲ ਥੋੜੀ ਬੇਸੀ ਹੋਣ ਲੱਗ ਗਈ, ਉਹਦੇ ਅਕੋਰਡਿੰਗ ਥੋੜਾ ਹੀ ਵਧਾ ਸਕਦੇ ਹਾਂ। ਬਹੁਤ ਹੀ ਜ਼ਿਆਦਾ ਨਹੀਂ ਆਪਾਂ ਕਹਿ ਸਕਦੇ ਵੀ ਜੇ ਅੱਜ ਘੋੜੀ ਕੰਸੀਵ ਹੋ ਗਈ ਤਾਂ ਆਪਾਂ ਦੁੱਗਣਾ ਕਰ ਦਈਏ, ਉਹ ਗੱਲ ਗਲਤ ਹੈ। ਹਾਂ, ਉਹ ਗੱਲ ਗਲਤ ਹੈ। ਜਦੋਂ ਬੱਚਾ ਪੂਰਾ ਬਣ ਗਿਆ ਮਤਲਬ 7-8 ਮਹੀਨੇ ਲੰਘ ਗਏ ਹਨਾ, ਜਦੋਂ ਮਤਲਬ ਘੋੜੀ ਕਹਿੰਦਾ ਤੁਹਾਡਾ ਮਤਲਬ ਵੀ ਆਪਾਂ ਨੂੰ ਦੇਖਣ ਲੱਗ ਗਈ। ਜੇ ਆਪਾਂ 3-3 ਆਪਾਂ ਵੱਡੀ ਘੋੜੀ 4 ਕਿਲੋ ਦਾਣਾ ਦੇ ਰਹੇ ਹਾਂ, ਜਿਵੇਂ ਆਪਾਂ ਦੇਖ ਗਏ ਕਿ ਹਾਂ ਆਪਣੀ ਘੋੜੀ ਕੰਸੀਵ ਹੋ ਗਈ। ਹਾਂ, ਜਦੋਂ ਆਪਾਂ ਨੂੰ ਦਿਖਦਾ ਉਹਦੇ ਹਿਸਾਬ ਨਾਲ ਆਪਾਂ ਦੇਖ ਰਿਹਾ ਵੀ ਯਾਰ ਘੋੜੀ ਮਾੜੀ ਹੋਣ ਲੱਗ ਗਈ, ਘੋੜੀ ਦਾ ਪੇਟ ਬਣਨ ਲੱਗ ਗਿਆ ਵੀ ਹੁਣ ਭੁੱਖ ਵਧੀਆ ਬਣਨ ਲੱਗ ਗਈ ਘੋੜੀ ਦੀ, ਉਦੋਂ ਵੀਰੇ ਆਪਾਂ ਥੋੜ੍ਹਾ ਵਧਾ ਸਕਦੇ ਹਾਂ ਜੇ ਆਪਣੀ ਘੋੜੀ ਉਹਨੂੰ ਵਧੀਆ ਖਪਾ ਰਹੀ ਹੈ। ਠੀਕ ਹੈ। ਅਗਨੀ ਘੋੜੀ ਹੈ, ਅਗਨੀ ਵੀਰੇ ਔਸਮ ਘੋੜੀ ਦੀ ਹੈ, ਔਸਮ ਬਾਈ ਆਰ ਪੀ ਦੇ ਕੋਲ ਹੁੰਦਾ ਸੀਗਾ ਤੇ ਔਸਮ ਵਾਲੀ ਸ਼ਾਮਲ ਹੋ ਗਿਆ। ਉਹ ਵੀਰੇ ਦਿਸ਼ਾਨ ਘੋੜੇ ਦਾ ਬੱਚਾ ਵੀਰੇ, ਮਾਂ ਉਹਦੀ ਇੱਕ ਰੰਗ ਕਾਲੀ ਸੀਗੀ, ਮਾਂ ਵੀਰੇ ਉਹਦੀ ਸਾਨੂੰ ਬਲੱਡ ਲਾਈਨ ਦਾ ਪਤਾ ਨਹੀਂ ਲੱਗਿਆ ਮਾਂ ਦੀ। ਆਪਣਾ ਨੌਕਰੀ ਕੋਲ ਬੱਚੀ ਲੈ ਕੇ ਆਉਂਦੀ ਸੀਗੀ, ਉਸ ਤੋਂ ਬਾਅਦ ਗੁਰੂ ਮਹਾਰਾਜ ਨੇ ਫਿਰ ਹੌਲੀ ਹੌਲੀ ਕਿਰਪਾ ਕੀਤੀ ਅੱਗੇ ਦੋ ਦਿਨ ਬਾਅਦ। ਹਾਂਜੀ, ਇੱਥੇ ਜੋਧਪੁਰ ਲਾਈ ਸੀਗੀ ਤੇ ਮਹਾਰਾਜ ਕੀ ਪ੍ਰਭਾਵ ਹੈ, ਪਹਿਲਾ ਸ਼ੋਅ ਸੀਗਾ ਅਣਜਾਣ ਬੰਦੇ ਸੀਗੇ, ਪਹਿਲਾ ਹੀ ਸ਼ੋਅ ਲਾਈ ਤੇ ਮਹਾਰਾਜ ਨੇ ਕਿਰਪਾ ਕੀਤੀ, ਮੇਰੇ ਪਹਿਲੇ ਵਾਰੀ ਸੀ ਪਹਿਲਾ ਨੰਬਰ ਆਇਆ। ਕੀ ਬਾਤ ਹੈ, ਬਹੁਤ ਵਧੀਆ ਗੱਲ ਹੈ। ਹੈਗੀ ਗੱਲਬਾਤ ਪੂਰੀ ਹੈ ਨਾ ਚੀਜ਼ਾਂ। ਹਾਂਜੀ, ਇੱਕ ਤਾਂ ਇਹ ਐਸੀ ਬਛੇਰੀ ਹੈ ਨਾ ਕੋਲੋਂ, ਅਸੀਂ ਆਪ ਦੇਖੀ ਆ ਮਾਈ ਦੇ ਜੀਤ ਨੇ ਆ ਕੇ ਵੀ, ਇੱਕ ਤਾਂ ਬੰਦਾ ਹੁਣ ਚਲੋ ਤਾਂ ਘੋੜਿਆਂ ਵਾਲੀ ਬੜੀ ਮੋਟੀ ਸਾਨੂੰ ਜਾਣਕਾਰੀ ਹੈ, 100 ਚ ਚਲੋ 10% ਆ ਰਹੀ ਹੈ ਨਵੇਂ ਅਸੀਂ ਵੀ, ਜਿਹੜਾ ਬੰਦਾ ਕੋਈ ਆਮ ਬੰਦਾ ਜਿਹਨੂੰ ਨਹੀਂ ਵੀ ਪਤਾ ਘੋੜਿਆਂ ਬਾਰੇ, ਉਹ ਵੀ ਆ ਕੇ ਵੀ ਹੈ ਕੋਈ ਚੀਜ਼। ਹਾਂ, ਲੇਮ ਬੰਦੇ ਨੂੰ ਵੀ ਪਤਾ ਲੱਗਦਾ ਵੀ ਖੜੀ ਚੀਜ਼ ਕੋਈ ਹੈ ਕੋਈ, ਦੇਖਣ ਪਰਖਣ ਬਹੁਤ ਚੰਗੀ ਚੀਜ਼ ਹੈ। ਮੇਰੇ ਬਾਈ ਨੇ ਦੱਸਿਆ ਯਾਰ ਜੋਧਪੁਰ ਜਾ ਕੇ ਨਾ ਕੋਈ ਸਾਡੀ ਜਾਣਕਾਰੀ ਦੀ ਕੋਈ ਹੈ ਨਾ ਬਾਈ, ਪਹਿਲੇ ਵਾਰੀ ਸ਼ੁਰੂ ਕਿਹੜੇ ਸਾਲ ਚ ਗਏ ਤੁਸੀਂ ਉੱਥੇ? ਅਗਲੇ ਆ ਪਿਛਲੇ ਦੇ ਸ਼ੋਅ ਲਾਂਕੇ ਗਏ ਨੇ। ਬਾਬਾ ਜੀ ਨੇ ਕਿਰਪਾ ਕੀਤੀ, ਬਾਈ ਦੀ ਬਛੇਰੀ ਫਸਟ ਰਹੀ ਹੈ ਉੱਥੇ ਤੇ ਵੀਰੇ, ਮਤਲਬ ਜਿਵੇਂ ਤੁਸੀਂ ਇੱਕ ਗੱਲ ਦੱਸੋ ਜੀ ਸਾਨੂੰ, ਹੁਣ ਜਿਵੇਂ ਅੱਜ ਦੀ ਬਰੀਡਿੰਗ ਹੋ ਗਈ ਤੇ ਜਿਵੇਂ ਤੁਸੀਂ ਪਹਿਲਾਂ ਦੇ ਰੱਖਤਾ ਜਦੋਂ 5 ਸਾਲ ਪਹਿਲਾਂ, ਕੀ ਡਿਫਰੈਂਸ ਹੈ ਜੀ ਦੇਖ ਲਓ ਘੋੜੇ 'ਚ ਅੱਜ ਦੇ ਘੋੜੇ ਤੇ 5 ਸਾਲ ਪਹਿਲਾਂ ਵਾਲੇ ਘੋੜੇ 'ਚ ਕੀ ਡਿਫਰੈਂਸ ਹੈ ਜੀ ਤੇ ਕੀ ਮਾਰਕੀਟ ਦਾ ਮਤਲਬ ਚੇਂਜ ਆ ਜਾਂਦਾ ਜੀ? ਵੀਰੇ ਮਾਰਕੀਟ 'ਚ ਚੇਂਜ ਤਾਂ ਇਵੇਂ ਹੈ ਵੀ ਜਿਵੇਂ ਜਿਵੇਂ ਵੀਰੇ ਹੁਣ ਜਦੋਂ ਤੇ ਨਵੀਂ ਪੀੜ੍ਹੀ ਰੱਖਣ ਲੱਗ ਗਈ ਹੈ ਨਾ, ਮਾਰਕੀਟ 'ਚ ਬੰਦੇ ਥੋੜ੍ਹੇ ਜਿਹੇ ਵੱਧ ਗਏ ਤੇ ਮਾਰਕੀਟ ਥੋੜ੍ਹੀ ਤੇਜ਼ ਵੀ ਹੋ ਗਈ,
ਫਲਾਣੇ ਇੰਨੇ ਕਰੋੜ ਦਾ ਵੇਚੇ ਨੇ, ਇਹ ਤੁਸੀਂ ਇਹ ਦੱਸੋ ਇਸ ਗੱਲ ਚ ਅਸਲੀਅਤ ਹੈ ਜਾਂ ਨਹੀਂ ਵੀ ਅਗਲਾ ਕਹਿੰਦਾ 5 ਕਰੋੜ ਦਾ ਵੇਚਿਆ ਜੀ ਫਲਾਣੇ ਦਾ ਵੇਚਿਆ ਜੀ। ਵੀਰੇ ਕਾਫੀ ਹੱਦ ਤੱਕ ਅਸਲੀਅਤ ਹੈਗੀ ਹੈ, ਚੰਗੇ ਜਾਨਵਰ ਦਾ ਮੁੱਲ ਲਾਉਣ ਵਾਲਾ ਵੀਰੇ ਕੋਈ ਚੰਗਾ ਹੀ ਆਉਂਦਾ, ਜਿਹਨੂੰ ਉਹਦੀ ਪਰਖ ਹੋਊਗੀ, ਜਿਹਨੂੰ ਉਹਦਾ ਹੈ ਨਾ ਨੌਲੇਜ ਹੋਊਗੀ ਜਾਨਵਰ ਦੀ। ਇਸ ਕਰਕੇ ਵੀਰੇ ਸੱਚ ਹੈ, ਕੋਈ ਐਡੀ ਖਾਸ ਗੱਲ ਨੀ ਹੈਗੀ, ਜਾਨਵਰ ਵਾਕਈ ਹੀ ਵਿਕ ਰਹੇ ਨੇ। ਮਾਰਵਾੜੀ ਵਰਗੇ ਫੇਸ ਉਹਨਾਂ ਦੇ, ਨੈਕ ਹਾਈਟ ਬਹੁਤ ਸੋਹਣੇ ਸੋਹਣੇ ਜਾਨਵਰ ਦੇ, ਬਹੁਤ ਜ਼ਿਆਦਾ ਸੁਧਾਰ ਹੋਏ ਵੀਰੇ। ਤੇ ਵੀਰੇ ਇੱਕ ਐਂ ਗੱਲ ਹੁਣ ਤੁਸੀਂ ਦੱਸੋ ਵੀ ਮਤਲਬ ਇਨਲਾਈਨ ਬਰੀਡਿੰਗ ਜਿਹੜੇ ਲੋਕ ਕਰਾਉਂਦੇ ਨੇ, ਹਾਂਜੀ ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਇਨਲਾਈਨ ਬਰੀਡਿੰਗ ਹੋ ਗਈ, ਜਿਵੇਂ ਆਲੀਸ਼ਾਨ ਦੀ ਪੋਤੀ ਤੇ ਆਲੀਸ਼ਾਨ ਦਾ ਪੋਤਾ ਹੋ ਗਿਆ ਜਾਂ ਉਹਦੀ ਫੜੋਤਾ ਹੋ ਗਿਆ, ਉਹ ਤੁਹਾਡੇ ਹਿਸਾਬ ਨਾਲ ਮਤਲਬ ਚੰਗੀ ਗੱਲ ਹੈ ਜਾਂ ਕਿਵੇਂ ਉਹਨੂੰ ਮਤਲਬ ਜਿਵੇਂ ਅੱਜ ਕੱਲ੍ਹ ਚੱਲ ਰਿਹਾ ਟਰੈਂਡ ਅਗਲਾ ਆਲੀਸ਼ਾਨ ਦਾ ਬੱਚਾ ਹੁੰਦਾ ਹੈ ਉਹਨੂੰ ਲਾ ਲਓ ਬੱਚੀ ਹੁੰਦੀ ਹੈ ਸੋਰੀ ਦਿਲਬਾਗ ਰਾਣੀ ਹੈ ਜਿਵੇਂ ਉਹ ਵੀ ਉਹੀ ਲਾਈਨ ਤੋਂ ਆ ਗਿਆ ਉਹ ਤੋਂ ਮਿਲਾ ਦਿੰਦਾ ਜਾਂ ਕਿਵੇਂ ਵੀ ਕਿਸੇ ਵੀ ਘੋੜੇ ਤੋਂ ਫਸ ਚਲੋ ਆਪਾਂ ਮਤਲਬ ਇਨਲਾਈਨ ਬਰੀਡਿੰਗ ਤੁਹਾਡੇ ਹਿਸਾਬ ਨਾਲ ਕਿੰਨੀ ਹੱਦ ਤੱਕ ਸਹੀ ਹੈ ਜਾਂ ਗਲਤ? ਦੇਖੋ ਇਹ ਬਰੀਡਿੰਗ ਵੈਸੇ ਤਾਂ ਕਿਸੇ ਹੱਦ ਤੱਕ ਵੀ ਸਹੀ ਨਹੀਂ ਹੈਗੀ, ਕੋਈ ਕਿਤੇ ਜਾ ਕੇ ਕੋਈ ਪੁਆਇੰਟ ਹੁੰਦਾ ਵੀ ਆਪਾਂ ਇਨ ਬਰੀਡਿੰਗ ਕਰਾ ਸਕੀਏ ਜੋ ਪਾਸ ਸਭ ਪੀੜੀਆਂ ਟੱਪ ਜਾਂਦੀਆਂ ਨੇ ਕਿਤੇ ਦੂਰ। ਹਾਂ ਕਈ ਚੀਜ਼ਾਂ ਵੀਰੇ ਕੀ ਹੁੰਦੀਆਂ, ਬਰੀਡਿੰਗ ਦਾ ਮਤਲਬ ਕੀ ਹੈ ਵੀਰੇ, ਹੁਣ ਆਪਣੇ ਕੋਲ ਅਲੀਸ਼ਾਨ ਪੜ ਲੈ ਜਾਂਦੀ ਹੈ, ਇੱਕ ਆਪਣੇ ਕੋਲ ਦੇਖ ਲੈ ਲੈਣ ਦੀ ਹੁੰਦੀ, ਆਪਣੇ ਕੋਲ ਇੱਕ ਜਾਨਵਰ ਵਿੱਚ ਥੋੜ੍ਹੀ ਥੋੜ੍ਹੀ ਕਿਤੇ ਕਮੀ ਆ ਹੈ ਨਾ, ਇਸਦੇ ਜਿਵੇਂ ਦੇਵ ਲੈਣ ਕੰਨ ਥੋੜ੍ਹੇ ਜਿਹੇ ਸੱਤੇ ਰੱਖਦੀ ਹੈ ਤੇ ਅਲੀਸ਼ਾਨ ਕੰਨ ਥੋੜ੍ਹੇ ਜਿਹਾ ਖੁੱਲ੍ਹਾ ਰੱਖਦੀ ਹੈ, ਦੇਵ ਦੀ ਲੈਣ 'ਚ ਫਿਰ ਥੋੜ੍ਹਾ ਜਿਹਾ ਪੁੱਠਾ ਲੰਬਾ ਜਿਹਾ ਆ ਜਾਂਦਾ ਅਤੇ ਆਪਣਾ ਅਲੀਸ਼ਾਨ ਲੈਣ 'ਚ ਫਿਰ ਪੁੱਠਾ ਬੜਾ ਜ਼ਬਰਦਸਤ ਲੜਾਈ 'ਚ ਆ ਜਾਂਦਾ, ਦੂਰ ਆ ਜਾਂਦਾ ਹੈ ਨਾ। ਹੁਣ ਵੀਰੇ ਆਪਣੇ ਕੋਲ ਜਿਹੜਾ ਜਾਨਵਰ ਹੈ ਉਹਦੇ 'ਚ ਜਿਹੜੀਆਂ ਕਮੀਆਂ ਮੇਰੇ ਅਕੋਰਡਿੰਗ ਜਿਹੜੀ ਚੀਜ਼ ਆਪਾਂ ਆਪਣੇ ਜਾਨਵਰ 'ਚ ਲੱਗਦੀ ਹੈ ਵੀ ਯਾਰ ਇਹਦੇ 'ਚ ਨੈੱਕ ਦੀ ਪ੍ਰੋਬਲਮ ਥੋੜ੍ਹੀ, ਨੈੱਕ ਘੱਟ ਲੰਬੀ ਹੈ ਜਾਂ ਘੱਟ ਪਤਲੀ ਹੈ ਅਤੇ ਕੰਨਾਂ 'ਚ ਥੋੜ੍ਹੀ ਲੱਗਦਾ ਆਪਾਂ ਨੂੰ ਵੀ ਇਹਦੇ ਕੰਨਾਂ 'ਚ ਕਮੀ ਰਹੀ ਵੀ ਹੈ, ਇਹਦੀ ਲੈਂਥ 'ਚ ਕਮੀ ਹੈ। ਜਿਵੇਂ ਹੁਣ ਵੀਰੇ ਆਪਣੇ ਸ਼ਾਨਦਾਰ ਹੈ, ਸ਼ਾਨਦਾਰ ਵਾਲੇ ਖਾਨਦਾਨ 'ਚ ਵੀਰੇ ਸ਼ਾਨਦਾਰ ਘੋੜੇ 'ਚ ਜਿਹੜੇ ਸ਼ਾਨਦਾਰ ਅੱਗੇ ਬੱਚੇ ਨੇ ਉਹਦੇ, ਉਹਦੇ 'ਚ ਲੈਂਥ ਬਹੁਤ ਸੋਹਣੀ ਹੈ, ਆਪਣੇ ਕੋਲ ਬਛੇਰੀ ਹੈ ਉਹ ਫਾਈਟ ਵੀ ਕਰਕੇ ਸਿਰ ਨੂੰ ਉਹਦਾ ਸਾਰਾ ਸੋਹਣਾ ਘੁਟਾਲਦੇ ਆ, ਬਰੀਡਿੰਗ ਦਾ ਮਤਲਬ ਕੀ ਹੁੰਦਾ ਕਮੀਆਂ ਦੂਰ ਕਰਨੀ, ਮਤਲਬ ਓਵਰ ਕਮ ਕਰਨਾ ਜਿਹੜੀ ਕਮੀ ਹੈ, ਜਿਹੜੀ ਕਮੀ ਹੈ ਮਤਲਬ ਪਰਫੈਕਸ਼ਨ ਬਣਾ ਲਓ ਚੀਜ਼। ਜਦੋਂ ਆਪਾਂ ਦੋ ਡਿਫਰੈਂਟ ਲੜਦਾ ਇਹਨਾਂ ਉਸ 'ਚ ਮੇਟ ਕਰਾਵਾਂਗੇ, ਜੋ ਤੀਜੀ ਚੀਜ਼ ਪੈਦਾ ਹੋਣੀ ਫਿਰ ਉਹ ਵਾਕਿਆ ਹੀ ਖੂਬਸੂਰਤ ਪੈਦਾ ਹੋਊ, ਨਵੇਂ ਹੀ ਸੰਗਮ ਬਣ, ਕਮੀਆਂ ਦੂਰ ਹੋਣਗੀਆਂ, ਸੰਗਮ ਨਵੇਂ ਬਰੀਡਿੰਗ ਦਾ ਮਤਲਬ ਇਹੀ ਆਹੀ ਹੈ। ਤੇ ਵੀ ਜਿਵੇਂ ਹੁਣ ਲਾ ਲਓ ਆਪਾਂ ਇਨਲਾਈਨ ਬਰੀਡਿੰਗ ਕਰਦੇ ਹਾਂ ਹੈ ਨਾ, ਮਤਲਬ ਅਸੀਂ ਬਹੁਤ ਸਾਨੂੰ ਬਹੁਤ ਤਾਂ ਨਹੀਂ ਲਾ ਲਓ ਮਤਲਬ ਸਾਲ ਕੁ ਹੋਇਆ ਮਤਲਬ ਜਿੰਨੇ ਵੀ ਲੀਡਰਾਂ ਨੂੰ ਮਿਲਿਆ ਜਾਂ ਮਾੜੇ ਮੋਟੇ ਨੂੰ, ਮਤਲਬ ਬਹੁਤ ਹੱਦ ਤੱਕ ਲੋਕ ਇਹ ਕਹਿੰਦੇ ਨੇ ਚਲੋ ਗਲਤ ਗੱਲ ਹੈ, ਪਰ ਬਹੁਤ ਤੱਕ ਲੋਕ ਪ੍ਰਮੋਟ ਵੀ ਕਰਦੇ ਨੇ, ਜਿਹੜੇ ਗਲਤ ਕਹਿੰਦੇ ਨੇ ਉਹਨਾਂ ਦੇ ਹਿਸਾਬ ਨਾਲ ਇਹ ਹੈ ਵੀ ਮਤਲਬ ਬਲੱਡ ਲਾਈਨ ਅੱਗੇ ਜਾ ਕੇ ਉਹਨਾਂ ਦੇ ਹਾਰਮੋਨ ਲਾ ਲਓ ਤੁਸੀਂ ਹਾਂਜੀ ਤੇ ਐਫੀਸ਼ੀਐਂਸੀ ਨਾਲ ਵੀਕ ਪੈ ਜਾਂਦੀ ਹੈ ਨਾ ਗੱਲ, ਵੀ ਉਹ ਗੱਲ ਚੰਗੀ ਨਹੀਂ ਹੈਗੀ। ਮੇਰੇ ਆਸ ਵਿੱਚ ਕੀ ਹੈ ਆਪਣੇ ਜਿਹੜਾ ਹੁਣ ਟ੍ਰੈਂਡ ਚੱਲ ਰਿਹਾ ਵੀ ਆਪਾਂ ਜਿਹੜੇ ਫੇਮਸ ਘੋੜੇ ਨੇ ਆਪਾਂ ਉਹਨਾਂ ਕੋਲ ਘੋੜੀਆਂ ਮੀਟ ਕਰਾਉਂਦੇ ਹਾਂ, ਚਾਹੇ ਉਹ ਬਸ਼ੱਕ ਦੀ ਬਲੱਡ ਵੀਰੇ ਲਵੇ ਹੋਵੇ ਚਾਹੇ ਦੂਰ ਹੋਵੇ, ਅਗਲਾ ਸੋਚਦਾ ਵੀਰੇ ਜੇ ਮੈਂ 1 ਲੱਖ ਰੁਪਏ ਲੈ ਜਾਂ ਮੈਂ 51,000 ਫੀਸ ਦਿੱਤੀ ਹੈ ਵੀ ਯਾਰ ਮੈਂ ਕਿਉਂ ਨਾ ਫੇਸ ਭੁੱਲ ਤੋਂ ਕਰਾਉਣਾ, ਉੱਥੇ ਜਾ ਕੇ ਵੀਰੇ ਅਗਲਾ ਇਹ ਚੀਜ਼ਾਂ ਭੁੱਲ ਜਾਂਦਾ ਵੀ ਅਲੀਸ਼ਾਨ ਦੀ ਇਹ ਚਾਹੇ ਪੋਤੀ ਹੈ ਚਾਹੇ ਦੂਤੀ ਹੈ, ਨਾਮ ਚੱਲਦੇ ਹਾਂ ਉੱਥੇ ਅਗਲਾ ਭੁੱਲ ਜਾਂਦਾ। ਤੇ ਤੁਸੀਂ ਵੀ ਇਹ ਗੱਲ ਦੱਸਣੀ ਗੱਲ ਮਤਲਬ ਗੱਲ ਤਾਂ ਹੈ ਚਲੋ ਸੱਚ ਵੀ ਇਹਦੇ 'ਚ ਕਿੰਨੀ ਸੱਚਾਈ ਹੈ ਵੀ ਅੱਜ ਕੱਲ੍ਹ ਦੇ ਹਿਸਾਬ ਨਾਲ ਜਿਹੜੇ ਘੋੜੇ ਵਿਕ ਰਹੇ ਨੇ ਹਾਂਜੀ ਉਹ ਫੇਸ ਫੀਚਰ ਜਾਂ ਉਹਦੇ ਹਿਸਾਬ ਨਾਲ ਹਾਈਟ ਤੇ ਲਾਈਨ ਦੇ ਹਿਸਾਬ ਨਾਲ ਵਿਕ ਰਹੇ ਨੇ, ਮਤਲਬ ਲੋਕ ਫੀਚਰ ਘੱਟ ਦੇਖਦੇ ਨੇ ਘੋੜਿਆਂ ਦੇ, ਤੇ ਬਲੱਡ ਲਾਈਨ ਤੇ ਹਾਈਟ ਲਾ ਲਓ ਵੱਡਾ ਘੋੜਾ ਜ਼ਿਆਦਾ ਮਤਲਬ ਟ੍ਰੈਂਡ ਹੈਗਾ ਜਿਹੜਾ ਮਾਰਕੀਟ 'ਚ,
ਵੀਰੇ ਜਿਹੜੀ ਚੀਜ਼ ਦੀ ਮਾਰਕੀਟ 'ਚ ਦੇਖੋ ਡਿਮਾਂਡ ਹੁੰਦੀ ਆ ਹੈ ਨਾ, ਵਪਾਰੀ ਨੇ ਜਾਂ ਬਰੀਡਰ ਨੇ ਉਹ ਚੀਜ਼ ਤਾਂ ਪੇਸ਼ ਕਰਨੀ ਹੁੰਦੀ ਆ। ਹੁਣ ਜਦੋਂ ਵੀਰੇ ਆਪਾਂ ਜਾ ਕੇ ਅੱਗੇ ਹਾਈਟ ਹੀ ਮੰਗ ਰਹੇ ਹਾਂ ਤਾਂ ਹਾਈਟ 'ਤੇ ਪੈਸਾ ਵੀਰੇ ਲੱਗਣਾ ਚਾਹੀਦਾ। ਡਿਮਾਂਡ ਤਾਂ ਆਪਣੀ ਹੈ ਵੀਰੇ, ਆਪਾਂ ਜਦੋਂ ਮਾਰਕੀਟ 'ਚ ਆਪਾਂ ਪੜ੍ਹ ਰਹੇ ਹਾਂ ਵੀ ਕੋਲ 68 ਇੰਚ ਦਾ ਹੋਵੇ, 66 ਦਾ ਹੋਵੇ, 67 ਦਾ ਹੋਵੇ, ਹੈ ਨਾ, ਉਹਦੇ 'ਚ ਵਪਾਰੀ ਦਾ ਤਾਂ ਕੋਈ ਰੋਲ ਨਹੀਂ ਹੈਗਾ। अपना नौकरी पछेरी सी ਇੱਕ ਮੇਰੇ ਉਹ ਤੋਂ ਪਹਿਲਾਂ ਸਿੰਧੀ ਕੱਚ ਦੀ ਘੋੜੀ ਸੀਗੀ ਭੱਜਣ ਵਾਲੀ। ਠੀਕ ਹੈ, ਤਰ੍ਹਾਂ ਦੀ ਅਤੇ ਪਹਿਲੀ ਘੋੜੀ ਜਾਂ ਘੋੜੇ ਵਾਲੀ ਦੱਸੋ ਜੀ, ਆਪਾਂ ਨੇ ਪਹਿਲੀ ਵਾਰ ਪੰਜਾਬੀ ਦੀ ਘੋੜੀ ਜਾਂਦੀ। ਵੀਰੇ ਮੈਂ ਆਪਣੇ ਘਰੋਂ ਮੰਮੀ ਨੇ ਖਰੀਦੀ ਸੀਗੀ ਨੁਕਰੀ ਪਛੇਰੀ, ਪਰ ਉਹ ਤੋਂ ਪਹਿਲਾਂ ਵੀਰੇ ਮੈਨੂੰ ਸੰਤ ਬਾਬਾ ਅਵਤਾਰ ਸਿੰਘ ਜੀ ਘੋੜੀ ਘੋੜ ਵਾਲੇ ਨੇ, ਹਾਂਜੀ ਠੀਕ ਹੈ ਜੀ, ਉਹਨਾਂ ਨੇ ਜੀ ਮੈਨੂੰ ਇੱਕ ਪਛੇਰੀ ਆਪਣਾ ਘੋੜੇ ਗਿਫਟ ਕੀਤੀ ਸੀਗੀ, ਜਿਹੜੇ ਵੀਰੇ ਮੈਂ ਤੁਹਾਨੂੰ ਲਾਹ ਰੰਗ ਦੀ ਮੈਚ ਜੀ ਰੰਗ ਦੀ ਦੱਸ ਦਿੰਦਾ। ਉਹ ਭੱਜਣ ਵਾਲੇ ਘੋੜੇ ਸੀ ਕੇਲਾ ਰਾਜਪੁਰ, ਕਾਫੀ ਖੇਡਾਂ ਦੇ ਦੂਜੇ ਤੇ ਦੂਜੇ ਤੀਜੇ ਨੰਬਰ ਦੇ ਵੀਰੇ ਭੱਜ ਗਏ। ਗਿਫਟ ਕਰਤੀ ਤੁਹਾਨੂੰ ਚੋਕੇ? ਹਾਂਜੀ, ਉਹਨਾਂ ਨੇ ਮੈਨੂੰ ਦਿੱਤੀ। ਬਹੁਤ ਵਧੀਆ ਗੱਲ ਹੈ, ਠੀਕ ਹੈ ਜੀ, ਕਿਉਂਕਿ ਵੀਰੇ ਮੈਂ ਜਦੋਂ ਲੈ ਕੇ ਤਾਂ ਮੈਂ 2016 'ਚ ਆਇਆ, ਮੈਨੂੰ 2008-09 ਵੀਰੇ ਜਦੋਂ ਆਹ ਆਪਣਾ 8ਵੀਂ ਜਮਾਤ ਦੀਆਂ ਵੀਰੇ ਛੁੱਟੀਆਂ ਹੋਈ ਸੀਗੀਆਂ ਮੋਹਾਲੀ, ਉਹਨਾਂ ਦਾ ਗੁਰੂ ਘਰ ਹੈ ਉੱਥੇ, ਠੀਕ ਹੈ, ਉਹਨਾਂ ਨੇ ਘੋੜੇ ਰੱਖੇ ਹੋਏ ਸੀਗੇ ਮੋਹਾਲੀ ਮੇਰੇ ਘੂ ਆਏ ਆ, ਠੀਕ ਹੈ ਜੀ, ਮੈਂ ਉਹਨਾਂ ਕੋਲ ਜਾ ਕੇ ਵੀਰੇ ਉੱਥੇ ਘੋੜੇ ਸਵਾਰੀ ਉਹਨਾਂ ਕੋਲ ਉਹਨਾਂ ਕੋਲ ਜਾਂਦਾ ਰਿਹਾ, ਘੋੜੇ ਚਲਾਉਂਦੇ ਰਹੇ, ਘੋੜੇ ਨਹਾਉਣ ਲੱਗੇ, ਘੋੜੇ ਟਾਈਮ ਸਪੈਂਡ ਕਰਨਾ। 2008 ਤੋਂ ਵੀਰੇ ਚਾਅ ਸੀਗਾ ਮਨ 'ਚ ਹੋਰ ਹੋਰ ਗੁਰੂ ਮਹਾਰਾਜ ਨੂੰ ਦੇਖਿਆ ਜਾਵੇ, ਤੁਹਾਨੂੰ ਸੇਵਾ ਹੀ ਤਾਰ ਗਈ ਬਸ। ਮੈਨੂੰ ਵੀਰੇ ਸੇਵਾ ਦਾ ਚਲੋ ਹਲੇ ਇੰਨੀ ਜ਼ਿਆਦਾ ਕੀਤੀ ਨਹੀਂ ਹੈਗੀ, ਜਿੰਨਾ ਵੀ ਭਾਵਨਾ ਸੀ। ਹਾਂਜੀ, ਸੰਤਾ ਮਹਾਤਮਾ ਦਾ ਆਪਣਾ ਹੱਥ ਹੀ ਹੁੰਦਾ ਬੱਚੇ। ਹਾਂਜੀ ਹਾਂਜੀ, ਮੈਨੂੰ ਹੋਰ ਗੱਲ ਦੱਸੋ, ਅਸੀਂ ਆਪਸ ਵਿੱਚ ਮੈਡੇ ਜੀ ਦੀ ਗੱਲ ਕਰਦੇ ਹੁੰਦੇ ਹਾਂ, ਕਈ ਵਾਰ ਸਾਨੂੰ ਕਈ ਵਾਰੀ ਬੰਦਾ ਗੱਲ ਤੋੜ ਦਿੰਦਾ ਵੀ ਤੁਸੀਂ ਯਾਰ ਘੋੜੇ ਵਾਲੇ ਕੋਲ ਜਾਂਦੇ ਜਾਂ ਹੋਰ ਵੀ ਬਥੇਰੇ ਆਲਰੇਡੀ ਇੱਕ ਦੂਜੇ ਕੋਲ ਜਾਂਦਾ ਰਹਿੰਦਾ, ਰਵਾਇਤ ਆਪਣੇ ਘੋੜੇ ਵਾਲੇ ਦੀ ਇੱਕ ਦੂਜੇ ਚੀਜ਼ ਦੀ ਸ਼ਲਾਘਾ ਕਰਨੀ, ਦੇਖਣਾ ਨਾਲੇ ਆਪ ਉਹਦੇ ਬਾਰੇ ਜਾਣਨਾ, ਵੀ ਜਦੋਂ ਤੁਹਾਡੇ ਕੋਲ ਕੋਈ ਬੰਦਾ ਜਾਂ ਤੁਸੀਂ ਘੋੜੇ ਰੱਖ ਰਹੇ ਕੋਈ ਆਉਂਦਾ ਦੇਖਣਾ, ਤੁਹਾਨੂੰ ਕਿੰਨੀ ਖੁਸ਼ੀ ਹੁੰਦੀ ਹੈ, ਤੁਹਾਡਾ ਰਿਐਕਸ਼ਨ ਕੀ ਹੁੰਦਾ? ਦੇਖੋ ਵੀਰੇ, ਘੋੜਿਆਂ ਨੂੰ ਦੇਖਣਾ ਘੋੜਾ ਪ੍ਰੇਮੀ ਹੀ ਆਊਗਾ। ਹਾਂਜੀ, ਜਦੋਂ ਵੀਰੇ ਦੋ ਆਪ 'ਚ ਪ੍ਰੇਮੀ ਇਕੱਠੇ ਹੋ ਗਏ ਤਾਂ ਵੀਰੇ ਗੱਲਾਂ ਬਾਤਾਂ ਮਾਰਦੇ ਆ, ਵਧੀਆ ਟਾਈਮ ਸਪੈਂਡ ਹੁੰਦਾ ਵੀਰੇ, ਦਿਲ ਲੱਗਦਾ, ਨੌਲੇਜ ਵੱਧਦੀ ਹੈ, ਨੌਲੇਜ ਵੱਧਦੀ ਹੈ ਵੀਰੇ, ਬਰੀਡਿੰਗ ਬਾਰੇ ਗੱਲਾਂ ਕਰਦੇ ਆ, ਫਲਾਣੇ ਬੰਦੇ ਕੋਲ ਘੋੜੀ ਸੂਈ ਆ, ਫਲਾਣੇ ਘੋੜੇ ਤੋਂ ਸੂਈ ਆ, ਉਹਦਾ ਬੱਚਾ ਐਵੇਂ ਆਇਆ, ਹੈ ਨਾ ਜੀ, ਉਹਨੇ ਉਸ ਘੋੜੇ ਤੋਂ ਘੋੜੀ ਮੇਟ ਕਰਾਈ ਹੈ, ਦੇਖਦੇ ਹਾਂ ਹੁਣ ਕਿਹੋ ਜਿਹਾ ਬੱਚਾ ਆਊਗਾ। ਹਾਂਜੀ, ਗੱਲਾਂ ਅੱਗੇ ਹੋ ਜਾਂਦੀਆਂ, ਵਧੀਆ ਗੱਲਾਂ ਚੱਲਦੀਆਂ ਨੇ ਵੀਰੇ, ਦਿਲ ਲੱਗਾ ਰਹਿੰਦਾ, ਸਿੱਖਣ ਨੂੰ ਮਿਲਦਾ, ਇੱਕ ਦੂਜੇ ਨੂੰ ਛੱਡਣ ਨੂੰ ਦਿਲ ਨਹੀਂ ਕਰਦਾ, ਮਤਲਬ ਤੁਹਾਡਾ ਖੁਸ਼ੀ ਹੋਣ ਲੱਗੀ ਹੈ, ਤੁਹਾਨੂੰ ਬਹੁਤ ਜ਼ਿਆਦਾ, ਬਹੁਤ ਜ਼ਿਆਦਾ, ਇਹ ਇਹ ਘੋੜੇ ਵਾਲੀ ਲੈਣ ਦੀ ਖਾਸੀਅਤ ਹੈ, ਆਪਾਂ ਆਪਣੀ ਵੀ ਲੈਣ ਕਹਿ ਸਕਦੇ ਹਾਂ, ਇਹ ਆਪਣੀ ਲੈਣ ਦੀ ਵੀ, ਕੋਈ ਵੀ ਬੰਦਾ ਕਿਸੇ ਵੀ ਘੋੜੇ ਵਾਲੇ ਦੇ ਘਰੇ ਜਦੋਂ ਦੇਖਣ ਜਾਂਦਾ, ਜੇ ਉਹ ਬੰਦਾ ਘੋੜਾ ਪ੍ਰੇਮੀ ਨਹੀਂ ਵੀ ਹੈ, ਉਹਨੀ ਅਗਲੇ ਦੀ ਚਾਹ ਪਾਣੀ ਜੋ ਬਣਦੀ ਇੱਜ਼ਤ ਹੈ, ਐਜ ਏ ਰਿਸ਼ਤੇਦਾਰ ਗੈਸਟ ਵਾਂਗੂ ਜ਼ਰੂਰ ਦਿੰਦੇ ਨੇ, ਇਹ ਗੱਲ ਖਾਸੀਅਤ ਅੱਜ ਦੇ ਪੰਜਾਬ ਦੀ ਅਤੇ ਆਲ ਇੰਡੀਆ ਦੇ ਘੋੜਾ ਰੱਖਣ ਵਾਲਿਆਂ ਦੀ, ਅਤੇ ਆਉਂਦੀ ਪੀੜ੍ਹੀਆਂ ਤੱਕ ਚੱਲਦੀ ਵੀ ਰਹੇ, ਅਸੀਂ ਵੀ ਸਿੱਖ ਰਹੇ ਹਾਂ ਜੀ ਤੋਂ, ਅਤੇ ਆਉਂਦੇ ਵਾਲੇ ਜੋ ਅੱਗੇ ਕਰਨ ਵਾਲੇ ਨੇ ਘੋੜੇ ਲੈਣ 'ਚ ਕੰਮ, ਉਹ ਵੀ ਸਿੱਖ ਰਹੇ ਨੇ। ਕੰਟਰੋਵਰਸੀ ਬਹੁਤ ਚੱਲਦੀ ਵੀ ਤੂੜੀ ਦਾ, ਜਿਹੜਾ ਮਤਲਬ ਅਸੀਂ ਪਹਿਲਾਂ ਹੀ ਬਾਬਾ ਜੀ ਇੰਟਰਵਿਊ ਕਰਕੇ ਆਏ ਹਾਂ ਕਲਰ ਭੈਣੀ, ਤੇ ਉਹਨਾਂ ਤੋਂ ਵੀ ਇਹੀ ਗੱਲ ਸੀ, ਮਤਲਬ ਇਹ ਨਾਰਮਲ ਟੌਪਿਕ ਘੁੰਮਦਾ ਹੀ ਰਹਿੰਦਾ ਆਪਣੀ ਘੋੜਾ ਲਾਈਨ 'ਚ, ਵੀ ਜਿਹੜੀ ਤੂੜੀ ਹੈ ਉਹ ਘੋੜੇ ਨੂੰ ਮਤਲਬ ਸਾਨੂੰ ਆਪਾਂ ਪਾਉਣੀ ਚਾਹੀਦੀ ਹੈ ਜਾਂ ਨਹੀਂ ਪਾਉਣੀ ਚਾਹੀਦੀ, ਕਿੰਨੀ ਕੁਆਂਟੀਟੀ 'ਚ ਪਾਉਣੀ ਚਾਹੀਦੀ ਹੈ, ਕਦੋਂ ਪਾਉਣੀ ਚਾਹੀਦੀ ਹੈ? ਵੀਰੇ ਦੇਖੋ, ਮੈਂ ਤੁਹਾਨੂੰ ਕਿਸੇ ਦੀ ਗੱਲ ਸੁਣ ਸੁਣਾ ਕੇ ਤਾਂ ਕੀ ਦੱਸਣਾ, ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਵੀਰੇ, ਹੋ ਸਕਦਾ ਤਾਂ ਆਪਾਂ ਘੋੜੇ ਨੂੰ ਤੂੜੀ ਘੱਟ ਪਾਈਏ ਜਾਂ ਨਾ ਪਾਈਏ ਤਾਂ ਜ਼ਿਆਦਾ ਵਧੀਆ। ਜਿਹੜੇ ਭਰਾ ਨੇ ਵੀਰੇ ਇੱਕ ਜਾਂ ਦੋ ਜਣ ਪਰ ਰੱਖਿਆ ਹੋਇਆ ਵੀਰੇ, ਆਪਣੇ ਆਮ ਹੀ ਆਪਣੇ ਖੇਤਾਂ 'ਚ ਆਪਾਂ ਮੋੜ 'ਤੇ ਜਾਣਾ ਆਉਣਾ ਹੁੰਦਾ ਜਾਂ ਆਪਣੇ ਭਈਆਂ ਨਾਲ ਰੱਖਿਆ ਹੁੰਦਾ, ਵੀਰੇ ਘੋੜੇ ਨੂੰ ਜਿੰਨਾ ਆਪਾਂ ਦਾਣਾ ਪਾਓ ਘੋੜੇ ਤਿੰਨ ਟਾਈਮ, ਉਹ ਤੋਂ ਬਾਅਦ ਵੀਰੇ ਕੱਬਲ ਪਾ ਲਓ ਉਹਨੂੰ, ਠੀਕ ਹੈ ਜੀ, ਜਦੋਂ ਵੀਰੇ ਆਪਾਂ ਆਪਾਂ ਨੂੰ ਲੱਗ ਰਿਹਾ ਵੀ ਹਾਂ ਯਾਰ ਕੋਈ ਚੀਜ਼ ਮਾੜੀ ਹੈ, ਕਾਹਨੂੰ ਪਾਉਣੀ ਹੈ, ਕਾਹਨੂੰ ਪੰਗਾ ਲੈਣਾ ਵੀਰੇ? ਜਿਹੜੇ ਵੀਰੇ ਦੇਖੋ, ਮੈਂ ਤੁਹਾਨੂੰ ਦੱਸਦਾ, ਮੈਂ ਕਾਫੀ ਭਰਾਵਾਂ ਕੋਲ ਆਉਂਦਾ ਜਾਂਦਾ ਰਹਿੰਦਾ, ਜਿਹੜਾ ਕੋਈ ਜ਼ਿਆਦਾ ਜਾਨਵਰ ਨੇ, 8 ਜਾਨਵਰ ਨੇ, 10 ਜਾਨਵਰ ਨੇ, ਅਸੀਂ ਬਾਈ ਹਰਿੰਦਰ ਗੋਲ ਸ਼ਾਪਰ ਵਾਲੇ ਕੋਲ, ਬਾਬਾ ਗਗਨਦੀਪ ਜੀ ਪਟਿਆਲੇ, ਉਹਨਾਂ ਕੋਲ ਵੀਰੇ 10-15 ਜਾਨਵਰ ਨੇ, ਬਾਈ ਹਰਿੰਦਰ ਕੋਲ ਕਾਫੀ ਚੰਗੇ ਚੰਗੇ ਜਾਨਵਰ ਨੇ, ਆਹ ਵੀਰੇ ਮੂੰਗਫਲੀ ਦਾ ਭੋਗ ਆਉਂਦੇ ਨੇ, ਉੱਚੀ ਮੂੰਗਫਲੀ ਦਾ ਭੋਗ ਆਉਂਦੇ ਨੇ ਵੀਰੇ, ਅੱਛਾ ਜੀ, ਰਾਜਸਥਾਨ ਤੋਂ, ਹਾਂਜੀ ਹਾਂਜੀ ਹਾਂ, ਤੇ ਵੀਰੇ ਉਹਨਾਂ ਦੇ ਜਾਨਵਰ ਬੜੇ ਸੋਹਣੇ ਨੇ, ਸਵਸਥ ਨੇ,
ਠੀਕ ਹੈ ਜੀ ਜਦੋਂ ਵੀਰੇ ਇੱਕ ਪ੍ਰੈਕਟੀਕਲੀ ਆਪਾਂ ਦੇਖ ਲਈ ਚੀਜ਼ ਵੀ ਯਾਰ ਉਹ ਬੰਦੇ ਆਹ ਚੀਜ਼ ਪਾਉਂਦੇ ਨੇ ਉਹਨਾਂ ਦੇ ਜਨਪਰ ਵਧੀਆ ਨੇ ਫਿਰ ਆਪਾਂ ਬਾਈ ਕਾਹ ਤੋਂ ਤੂੜ ਤੇ ਇੰਨਾ ਡਿਪੈਂਡ ਹੋਈਏ ਫੋਲੋ ਕਿਉਂ ਨਹੀਂ ਕਰਦੇ ਵੀਰੇ ਅੱਜ ਦੇ ਟਾਈਮ 'ਚ ਤੂੜੀ 20,000 ਰੁਪਏ ਪਲੱਸ ਹੈ ਰੇਟ 'ਚ ਬਿਲਕੁਲ ਆਪਾਂ ਨੂੰ ਲੱਗਦਾ ਵੀਰੇ ਤੂੜੀ ਦੇਖੋ ਤੂੜੀ 'ਚ ਮਿੱਟੀ ਘੱਟਾ ਹੁੰਦਾ ਵੀਰੇ ਰੇਣ ਹੁੰਦੀ ਆ ਜਾਨਵਰ ਦੇ ਦਰਦ ਹੋਣ ਦੇ ਚਾਂਸ ਜ਼ਿਆਦਾ ਰਹਿੰਦੇ ਠੀਕ ਹੈ ਜੇ ਆਪਾਂ ਲੱਗ ਰਿਹਾ ਵੀਰੇ ਇੱਕ ਚੀਜ਼ ਆਪਾਂ ਨੂੰ ਖਰਾਬ ਕਰੂਗੀ ਅੱਜ ਸਮਝੇ ਵੀਰੇ ਜਾਨਵਰ ਹਰ ਇੱਕ ਪੁਰਾਣੀ ਕੀਮਤੀ ਰੱਖੀ ਹੈ ਕੀਮਤ ਦੇ ਜਾਨਵਰ ਨੇ ਵੀਰੇ ਕਾਹਨੂੰ ਇਹੀ ਚੀਜ਼ ਦੇ ਵਿੱਚ ਰਿਸਕ ਲੈਣਾ ਜਾਂ ਆਪਾਂ ਕੰਟਰੋਵਰਸੀ 'ਚ ਕਾਹਤੋਂ ਪੈਣਾ ਜੇ ਆਪਾਂ ਨੂੰ ਲੱਗਦਾ ਵੀ ਆਹ ਚੀਜ਼ ਆਪਣੇ ਵਾਸਤੇ ਸਹੀ ਨਹੀਂ ਹੈਗੀ ਤਾਂ ਕਾਹਤੋਂ ਪਾਉਣੀ ਨਾਲੇ ਹੁਣ ਤਾਂ ਉਹ ਜਮਾਨਾ ਆ ਗਿਆ ਜੀ ਅਗਲਾ ਕਹਿੰਦਾ ਪੈਸੇ ਲਾਉਣੇ ਨੇ ਦਾਣਾ ਮਾੜੀ ਚੀਜ਼ ਨਹੀਂ ਪਾਉਣੇ ਚੰਗੀ ਨਹੀਂ ਪਾਉਣੇ ਚੰਗੀ ਹੋ ਲੈ ਚੰਗੀ ਰੱਖੋ ਮਜਬੂਰੀ ਹੈ ਵੀ ਹਾਂ ਥੋੜੀ ਤੂੜੀ ਦਾ ਯੂਜ਼ ਕਰ ਲੈਂਦੇ ਵੀਰੇ ਜਿਹੜਾ ਹੁਣ ਦਾਣਾ ਦੇਣਾ ਮਤਲਬ ਲਾ ਲਓ ਤੁਸੀਂ ਘੋੜੇ ਨੂੰ ਮੁੱਲਾ ਨੂੰ ਦਾਣਾ ਦਿੰਦੇ ਆਪਾਂ ਫੀਡ ਪਾਉਂਦੇ ਜਾਂ ਦਾਣਾ ਪਾਉਂਦੇ ਆ ਚਲੋ ਹੁਣ ਤਾਂ ਮਤਲਬ ਕਹਿ ਦਿੰਦੇ ਆਪਾਂ ਆਧੁਨਿਕ ਯੁੱਗ ਆ ਗਿਆ ਵੀ ਆਪਾਂ ਫੀਡਾਂ ਚੱਲ ਪਈਆਂ ਜੇ ਪੁਰਾਣੇ ਜ਼ਮਾਨੇ 'ਚ ਤਾਂ ਬਜ਼ੁਰਗ ਭੋ ਪਾਉਂਦੇ ਸੀਗੇ ਮੂੰਗਫਲੀ ਦਾ ਛੋਲੇ ਹੋ ਗਏ ਜਾਂ ਚੋਕਰ ਹੋ ਗਏ ਤੇ ਉਹ ਵੀਰੇ ਹੁਣ ਦਾਣਾ ਲਾ ਲਓ ਜਾਂ ਆਪਾਂ ਲਾ ਲਓ ਫਰਜ਼ ਕਰੋ ਵੀ ਗਰਮੀਆਂ 'ਚ ਜੌਂ ਪਾਉਣਾ ਹੁਣ ਘੋੜੀ ਨੂੰ ਪੀਜਿਆ ਹੋਇਆ ਜਾਂ ਭਿਓ ਕੇ ਜਿਵੇਂ ਜੋ ਵੀ ਮਤਲਬ ਟੈਕਨੀਕ ਯੂਜ਼ ਕਰਦੇ ਆ ਉਹਨੂੰ ਫਿਰ ਕਿਹਦੇ 'ਚ ਦੇਣਾ ਨਹੀਂ ਹੁੰਦਾ ਵੀਰੇ ਸੁੱਕਾ ਹੀ ਮਤਲਬ ਫਿਰ ਉਹ ਦਾਣਾ ਕਿਹਦੇ 'ਚ ਲਾ ਕੇ ਦੇਵੇ ਲਾ ਕੇ ਦੇਵੇ ਵੀਰੇ ਆਪਾਂ ਸੁੱਕਾ ਯੂਜ਼ ਕਰ ਰਹੇ ਹਾਂ ਮੈਂ ਤੁਹਾਨੂੰ ਦੱਸਦਾ ਜਿਵੇਂ ਆਪਾਂ ਜਿੱਥੇ ਦਾਣੇ ਵਾਲਾ ਕੰਮ ਆ ਆਪਣੇ ਕੋਲ ਠੀਕ ਹੈ ਜੀ ਵੀਰੇ ਜਿਵੇਂ ਜੌਂ ਪਏ ਨੇ ਜਮੀ ਪਈ ਹੈ ਠੀਕ ਹੈ ਜੀ ਜਾਂ ਵੀਰੇ ਛੋਲੇ ਪਏ ਨੇ ਜੀ ਛੋਟੇ ਸਪਲੀਮੈਂਟ ਚੱਲ ਪਏ ਜਾਂ ਲੋਕ ਜਿਵੇਂ ਆਪਦੇ ਘੋੜੇ ਨੂੰ ਅਗਰੈਸਿਵ ਕਰਨ ਵਾਸਤੇ ਟੀਕੇ ਲਾਉਣ ਲੱਗ ਗਏ ਜਾਂ ਸਪਲੀਮੈਂਟ ਦਿੰਦੇ ਨੇ ਉਹ ਕਿੰਨੀ ਹੱਦ ਤੱਕ ਚੰਗੇ ਆਪਾਂ ਨੂੰ ਪਾਉਣਾ ਚਾਹੀਦਾ ਕਿ ਨਹੀਂ ਜਿਵੇਂ ਕੈਲਸ਼ੀਅਮ ਹੋ ਗਿਆ ਜਾਂ ਹੋਰ ਲੈਣੇ ਭਾਵੇਂ ਜੋ ਹੁੰਦੇ ਨੇ ਦੇਖੋ ਵੀਰੇ ਪਹਿਲਾਂ ਜਾਨਵਰ ਘੋੜਾ ਜਾਨਵਰ ਵੀਰੇ ਤੁਰਨ ਵਾਸਤੇ ਬਣਿਆ ਹੋਇਆ ਠੀਕ ਹੈ ਅੱਜ ਵੀਰੇ ਆਪਾਂ ਵੀ ਜਾਨਵਰ ਰੱਖੇ ਹੋਏ ਨੇ ਆਪਣੇ ਜਾਨਵਰ ਕਿੱਲਿਆਂ ਦੇ ਖੜੇ ਨੇ ਸ਼ੋਅ ਪੀਸ ਬਣ ਗਏ ਆਪਾਂ ਕੱਢਦੇ ਨਹੀਂ ਸੱਟ ਕਰਦੇ ਨਹੀਂ ਸਾਡੇ ਪਿੰਡ ਵੀਰੇ ਰੇੜੇ ਵਾਲੇ ਨੇ ਸਾਡੇ ਤੋਂ ਰਾਜਪੁਰਾ 15 ਕਿਲੋਮੀਟਰ ਪੈਂਦਾ ਠੀਕ ਹੈ ਜੀ ਵੀਰੇ ਉੱਥੋਂ ਤੱਕ ਉਹ 15-20 ਮਿੰਟ ਲੰਬਾ ਜਾਂਦਾ ਲੈ ਕੇ ਡੇਲੀ ਆਉਂਦੇ ਨੇ ਅੱਜ ਵੀਰੇ ਟੈਂਪਰੇਚਰ 46-47 ਡਿਗਰੀ ਟੈਂਪਰੇਚਰ ਵੀਰੇ ਅੱਜ ਵੀ ਉਹ ਇੰਨੀ ਹੀ ਗਰਮੀ 'ਚ ਡੇਲੀ ਆਉਂਦੇ ਜਾਂਦੇ ਤੇ ਸਾਡੇ ਜਾਨਵਰ ਬਾਈ ਕਿੱਲਿਆਂ ਦੇ ਖੜੇ ਵੀ ਬਿਮਾਰ ਹੋ ਜਾਂਦੇ ਪੱਖੇ ਲੱਗੇ ਹੋਏ ਲੱਗੇ ਹੋਏ ਹਨਾ ਫਿਰ ਵੀ ਸਾਡੇ ਜਾਨਵਰ ਬਾਈ ਵੀਰੇ 5 ਕਿਲੋਮੀਟਰ 4 ਤੁਰ ਕੇ ਸਾਡੇ ਜਾਨਵਰ ਐਂ ਕਹਿਣ ਲੱਗ ਜਾਂਦੇ ਨੇ ਪਤਾ ਨਹੀਂ ਉਹਨਾਂ ਜਾਨਵਰਾਂ ਨੂੰ ਵੀਰੇ ਲੋੜ ਨਹੀਂ ਸੀਗੀ ਕਿਸੇ ਸ਼ਬਦ ਦੀ ਹੁਣ ਵੀਰੇ ਜਿਵੇਂ ਸਮਾਂ ਬਦਲ ਰਿਹਾ ਸਮੇਂ ਦੇ ਹਿਸਾਬ ਨਾਲ ਵੀਰੇ ਜਿਵੇਂ ਆਪਣੇ ਜਾਨਵਰ ਕਿੱਲਿਆਂ ਦੇ ਖੜੇ ਨੇ ਆਪਾਂ ਸ਼ਾਈ ਨਾਲ ਥੋੜ੍ਹੀ ਐਕਸਟਰਾ ਭਾਲਦੇ ਹਾਂ ਆਪਣੇ ਜਿਹੜੇ ਬੰਦੇ ਨੇ ਵੀਰੇ ਆਪਣਾ ਸਮਾਂ ਵਧੀਆ ਬਤੀਤ ਕਰਨਾ ਵੀ ਹਾਂ ਵੀਰੇ ਮੇਰਾ ਟਾਈਮ ਪਾਸ ਨਹੀਂ ਹੁੰਦਾ ਦੇਖੋ ਮੈਂ ਘਰੇ ਫਰੀ ਹਾਂ ਮੈਂ ਘੋੜਾ ਸ਼ੌਂਕ ਵਾਸਤੇ ਰੱਖਣਾ ਹਾਂ ਵੀਰੇ ਵੀ ਮੈਂ ਸ਼ਾਮ ਸਵੇਰੇ ਆਪਣਾ ਖੇਤ ਗੇੜਾ ਮਾਰ ਕੇ ਆਉਣਾ ਮੇਰੇ ਘਰੇ ਘੋੜੀ ਖੜੀ ਹੈ ਮੇਰਾ ਵਧੀਆ ਟਾਈਮ ਸਪੈਂਡ ਹੁੰਦਾ ਉਹਨਾਂ ਨੂੰ ਆ ਦਿੰਦਾ ਮੈਂ ਕਰ ਵਿਸ਼ ਕਰ ਦਿੰਦਾ ਮੇਰਾ ਸ਼ੌਂਕ ਹੈ ਬਿਲਕੁਲ ਜੀ ਉਦੋਂ ਅੱਗੇ ਜਾ ਕੇ ਵੀਰੇ ਫਾਇਦੇ ਵਾਲੇ ਨੁਕਸਾਨ ਵਾਲੀ ਗੱਲ ਹੋਊਗੀ ਸਭ ਤੋਂ ਪਹਿਲਾਂ ਸ਼ੌਂਕ ਹੋਣਾ ਜ਼ਰੂਰੀ ਹੈ ਜੇ ਆਪਾਂ ਕਹੀਏ ਵੀਰੇ ਆਪਾਂ ਅੱਜ
ਵੀਰੇ ਬਹੁਤ ਲੰਬੀ ਤਪੱਸਿਆ ਘੋੜਾ ਰੱਖਣਾ ਕੋਈ ਐ ਨਹੀਂ ਹੈਗਾ ਭਾਈ ਆਪਾਂ ਅੱਜ ਰੱਖ ਲਏ ਆਪਾਂ ਵੱਡੇ ਵੱਡੇ ਬਰੀਡਰਾਂ ਦੇ ਰੀਸ ਕਰਕੇ ਆਪਾਂ ਕਹਿ ਦੇ ਹਾਂ ਵੀਰੇ ਮਤਲਬ ਵੀਡੀਓ ਦੇਖ ਕੇ ਆਪਾਂ ਕਹਣਾ ਖਾਲਾ ਜੀ ਦੇ ਬਾੜੇ ਵਾਲਾ ਕੰਮ ਹੈ ਵੀ ਬਹੁਤ ਵੱਡੀ ਯਾਰ ਲੰਬੀ ਜ਼ਿੰਮੇਵਾਰੀ ਹੈ ਤੇ ਲੰਬੀ ਵੀਰੇ ਲੰਬੀ ਵੀਰੇ ਬਹੁਤ ਜ਼ਿਆਦਾ 24 ਘੰਟੇ ਪਹਿਰਾ ਦੇਣਾ ਪੈਂਦਾ ਵੀਰੇ ਅੱਜ ਤੁਸੀਂ ਇੱਥੇ ਤੁਹਾਡੇ ਘਰੇ ਕਸ਼ੇਰੀ ਹੈ ਉਹਨੇ ਜਾ ਕੇ ਵੀਰੇ 3-4 ਬਾਅਦ ਉਹਨੇ ਕਿਸਮਤ ਸੁਣਦੀ ਹੈ ਬਲੱਡ ਲਾਈਨ ਸੁਣਦੀ ਹੈ ਜਾਂ ਮਤਲਬ ਜਿਹੜਾ ਘੋੜਾ ਅੱਗੇ ਜਿਹੜੀ ਉਹਦੀ ਬਲੱਡ ਲਾਈਨ ਸੁਣਦੀ ਹੈ ਘੋੜੀ ਮਤਲਬ ਜੇ ਆਪਾਂ ਘੋੜੀ ਮਤਲਬ ਘੋੜੀ ਹੈ ਲਾ ਲਓ ਨੋਰਮਲ ਘੋੜੀ ਤੇ ਵਧੀਆ ਘੋੜਾ ਛੱਡਦੇ ਹਾਂ ਫਿਰ ਉਸ ਤੋਂ ਬਾਅਦ ਮਤਲਬ ਕਿ ਘੋੜੀ ਦੀ ਬਲੱਡ ਲਾਈਨ ਵੀ ਚੰਗੀ ਹੋਣੀ ਜਾਂ ਨੋਰਮਲ ਘੋੜੀ ਦੀ ਮਤਲਬ ਬੰਦੇ ਦੀ ਜਿਵੇਂ ਕਹਿ ਸਕਦੇ ਹੋ ਕਿਸਮਤ ਵਾਲਾ ਹੱਲ ਹੈ ਕਿ ਲਾਈਨ ਦਾ ਚੱਕਰ ਹੈ ਕੀ ਸਭ ਫਿਰ ਤਾਂ ਸਭ ਤੋਂ ਹੀ ਵਧੀਆ ਗੱਲ ਹੈ ਜੇ ਤੁਹਾਡੇ ਕੋਲ ਘੋੜੀ ਚੰਗੀ ਹੈ ਠੀਕ ਹੈ ਜੀ ਜੇ ਆਪਣੇ ਕੋਲ ਵੀਰੇ ਘੋੜੀ ਦਰਮਿਆਨੀ ਹੈ ਆਪਾਂ ਵੀਰੇ ਦੇਖੋ ਇੱਧਰ ਉੱਧਰੋਂ ਹਿੱਲਾ ਕਰਕੇ ਬੰਦੇ ਨੇ 50-55 ਹਜ਼ਾਰ ਰੁਪਏ ਦੇ ਚੰਗੇ ਘੋੜੇ ਤੋਂ ਘੋੜੀ ਮੇਟ ਕਰਾ ਦੀ ਹਾਂਜੀ ਤਾਂ ਵੀਰੇ ਫਿਰ ਤਾਂ ਕਿਸਮਤ ਅਜਮਾਉਣ ਵਾਲੀ ਗੱਲ ਹੈ ਗੁਰੂ ਮਹਾਰਾਜ ਇੰਨੀ ਕਿਰਪਾ ਕਰ ਸਕਦਾ ਭਾਈ ਉਹਨੂੰ ਗੱਲ ਸਿਰੇ ਦੀ ਲਾ ਸਿਰੇ ਦੀ ਲਾ ਪਰ ਦੇਖੋ ਵੀਰੇ ਸਭ ਤੋਂ ਵੱਡੀ ਗੱਲ ਹੈ ਜਦੋਂ ਆਪਾਂ ਕਿਸੇ ਚੀਜ਼ ਦਾ ਬੀਜ ਪਾਉਣਾ ਤਾਂ ਵੀਰੇ ਜ਼ਮੀਨ ਵੀ ਚੰਗੀ ਜਾਏ ਜ਼ਮੀਨ ਵੀ ਚੰਗੀ ਜਾਏ ਗੱਲ ਪੱਕੀ ਹੈ ਨਾ ਜੀ ਫਿਰ ਤਾਂ ਜਦੋਂ ਆਪਾਂ ਨੂੰ ਕੌਨਫੀਡੈਂਸ ਥੋੜ੍ਹਾ ਜਿਹਾ ਹੋ ਜਾਂਦਾ ਬੰਦੇ ਨੂੰ ਵੀ ਘੋੜੀ ਚੰਗੀ ਹੈ ਇਹਦੀ ਬੈਕਗ੍ਰਾਉਂਡ ਪਿੱਛੇ ਸਾਰੀ ਚੰਗੀ ਹੈ ਆਹ ਘੋੜਾ ਹੈ ਘੋੜੀ ਦੀ ਬੈਕਗ੍ਰਾਉਂਡ ਸਾਰੀ ਚੰਗੀ ਹੈ ਕਿਤੇ ਨਾ ਕਿਤੇ ਆਪਾਂ ਨੂੰ ਉਮੀਦ ਹੋ ਜਾਂਦੀ ਹੈ ਵੀ ਅੱਜ ਬੱਚਾ ਦੇਵੇ ਜਾਂ ਬੱਚੀ ਦੇਵੇ ਇਹਦਾ ਕੁਛ ਨਾ ਕੁਛ ਬਣ ਜਾਊਗਾ ਜਿਹੜੀ ਬੰਦਾ ਮਤਲਬ ਬਲੱਡ ਲਾਈਨ ਵੀ ਮੈਟਰ ਕਰਦੀ ਹੈ ਤੇ ਲੱਕ ਵੀ ਤੇ ਹੁਣ ਆਪਾਂ ਮਤਲਬ ਤੁਹਾਡੀ ਉਹ ਲੱਕ ਵਾਲੀ ਗੱਲ ਐਵੇਂ ਹੈ ਜੀ ਹੁਣ ਮਤਲਬ ਮੇਰੀ ਅੱਖੀ ਦੇਖੀ ਪ੍ਰੈਕਟੀਕਲ ਗੱਲ ਹੈ ਬਈ ਸਨੀ ਹੈ ਤਰਾਹੇ ਤੇ ਉਹਨਾਂ ਕੋਲ ਤਿੰਗ ਘੋੜਾ ਹੈ ਉਹਨਾਂ ਨੇ ਮਤਲਬ ਦੱਸੀ ਹੈ ਸਾਨੂੰ ਗੱਲ ਚਲੋ ਅਗਲੇ ਝੂਠ ਕਿਉਂ ਬੋਲਣਾ ਏਡਾ ਨਾਮ ਹੈ ਉਹਨਾਂ ਨੇ ਬਈ ਨੇ ਇਹ ਗੱਲ ਦੱਸੀ ਸੀ ਸਾਨੂੰ ਕਿ ਇੱਕ ਰੇੜੇ ਖੱਚਰ ਲੈਣੇ ਵਾਲਾ ਬੰਦਾ ਸੀਗਾ ਜਦੋਂ ਘੋੜੀ ਸੀ ਲਾ ਲਓ ਤੇ ਉਹ ਤਿੰਗ ਕੋਲ ਲੈ ਆਏ ਮਤਲਬ ਹੈਗੀ ਘੋੜੀ ਸੀ ਖੱਚਰ ਮਤਲਬ ਰੋੜੇ ਰੇੜੇ ਚ ਜੋੜਦਾ ਸੀ ਬਈ ਤੇ ਉਹਨਾਂ ਨੇ ਕਿੰਗ ਚਲੋ ਮੀਟਿੰਗ ਕਰਾ ਲਈ ਤੇ ਹੁਣ ਉਹਦੀ ਕਿਸਮਤ ਤੋਂ ਬੰਦੇ ਦੇਖ ਲਓ ਤਪੱਸਿਆ ਦੇ ਹਿਸਾਬ ਨਾਲ 10 ਮਹੀਨੇ 11 ਮਹੀਨੇ 11 ਦਿਨਾਂ 12 ਦਿਨਾਂ 'ਚ ਘੋੜੀ ਸੁਣਦੀ ਹੈ ਉਹਨੇ ਬਾਈ ਨੇ ਮਿਹਨਤ ਕਰੀ ਤੇ ਹੁਣ ਤੁਸੀਂ ਦੇਖ ਲਓ ਉਹ ਦਰਮਿਆਨੀ ਘੋੜੀ ਤੇ ਕਹਿ ਸਕਦੇ ਟੱਟੂ ਲਾ ਲਓ ਇੱਕ ਹਿਸਾਬ ਦਾ ਲਾ ਲਓ ਜਿਹੜਾ ਰੇੜੇ 'ਚ ਜੁੜ ਗਿਆ ਆਪਾਂ ਨੂੰ ਚਲੋ ਜਿਵੇਂ ਉਹਨੇ ਵੀ ਕਹਿੰਦੇ ਸਪੋਟਲੈਸ ਨੁਕਰੀ ਬਛੇਰੀ ਦਿੱਤੀ ਮੇਰੇ ਸਰਕਲ 'ਚ ਕਾਫੀ ਨੇ ਐਵੇਂ ਦੇ ਭਾਈ ਜੀ ਜਿਵੇਂ ਕਹਿ ਸਕਦੇ ਵੀ ਕਿਸਮਤ ਬੰਦੇ ਦੀ ਹਿਸਾਬ ਦੇ ਉਹਦੇ ਵੀ ਮਤਲਬ ਕੀ ਸਾਵਧਾਨੀ ਰੱਖਣੀ ਮਤਲਬ ਰੱਬ ਨਾ ਕਰੇ ਬਾਈ ਚਾਂਸ ਗੈਸ ਜਾਂ ਦਰਦ ਹੋ ਜਾਵੇ ਫਿਰ ਵੀ ਕੀ ਹੱਲ ਹੈ ਜੀ ਵੀਰੇ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਜਿਵੇਂ ਆਪਾਂ ਆਪਣਾ ਖੁੱਲੀ ਹੋ ਗਈ ਵੀਰੇ ਉਹਨੂੰ ਸਾਫ਼ ਰੱਖਦੇ ਹਾਂ ਆਪਾਂ ਠੀਕ ਹੈ ਜਿਵੇਂ ਆਪਣਾ ਤੂੜੀ ਪਾਉਣੀ ਹੈ ਵੀਰੇ ਉਹ ਵੀ ਸਾਫ਼ ਸੁਥਰੀ ਪਾਉਣੀ ਹੈ ਠੀਕ ਹੈ ਜੀ ਘਾਹ ਪਾਉਣਾ ਵੀਰੇ ਹੋ ਸਕਦਾ ਜਾਨਵਰ ਦਾ ਢਿੱਡਾਂ ਤੋਂ ਥੋੜ੍ਹਾ ਨਰਮ ਰਹੇ ਜਿਵੇਂ ਵੀਰੇ ਉਹਨੇ ਤੂੜੀ ਖਾਣੀ ਹੈ ਜ਼ਿਆਦਾ ਉਹ ਖੁਸ਼ਕ ਰਹੂਗਾ ਅੰਦਰ ਠੀਕ ਹੈ ਜੀ ਹੈ ਨਾ ਤਾਂ ਭਾਈ ਕਰਕੇ ਆਪਾਂ ਕਹਿੰਦੇ ਵੀ ਹਾਂ ਯਾਰ ਘਾਹ ਪਾਓ ਨਵੀਂ ਹੋਣੀ ਚਾਹੀਦੀ ਹੈ ਨਵੀਂ ਥੋੜ੍ਹੀ ਚਾਹੀਦੀ ਹੈ ਵੀਰੇ ਖੱਬਲ ਵੀਰੇ ਬੜੀ ਵਧੀਆ ਚੀਜ਼ ਹੈ ਨਾ ਉਹਦੇ 'ਚ ਐਕਸਟਰਾ ਨਵੀਂ ਹੈ ਨਾ ਉਹਦੇ 'ਚ ਕੋਈ ਖੁਸ਼ਕੀ ਵਾਲੀ ਚੀਜ਼ ਹੈ ਬਹੁਤ ਵਧੀਆ ਚੀਜ਼ ਹੈ ਅਤੇ ਘੋੜਾ ਭਾਈ ਇੰਨਾ ਜਿੰਨਾ ਖੁਸ਼ ਹੋ ਕੇ ਖਾਂਦਾ ਨਾ ਵੇਖਦਾ ਅਤੇ ਜਿਵੇਂ ਵੀਰੇ ਆਪਾਂ ਜਨਮ ਤਾਂ ਮਿੱਟੀ ਘੱਟਾ ਖਾਣ ਤੋਂ ਡਰਦੇ ਵਾਲੀ ਚੀਜ਼ਾਂ ਖਾਣ ਤੋਂ ਗੰਦੀ ਚੀਜ਼ ਖਾਣ ਤੋਂ ਪਰਹੇਜ਼ ਰੱਖਦੇ ਹਾਂ ਪਹਿਲੀ ਗੱਲ ਤਾਂ ਵੀਰੇ ਆਉਂਦੀ ਨਹੀਂ ਹੈਗੀ ਪ੍ਰੋਬਲਮ ਠੀਕ ਹੈ ਜੀ ਜੇ ਵੀਰੇ ਆ ਗਈ ਤਾਂ ਆਪਾਂ ਜਿਹੜੇ ਆਪਣੇ ਸੀਨੀਅਰ ਭਰਾ ਨੇ ਜਾਂ ਡਾਕਟਰ ਨੇ ਵੀਰੇ ਉਹਨਾਂ ਦੇ ਸਲਾਹ ਨਾਲ ਆਪਾਂ ਮਾੜੀ ਮੋਟੀ ਦਵਾਈ ਘਰੇ ਰੱਖੀ ਹੋਈ ਹੈ ਇੰਜੈਕਸ਼ਨ ਵਗੈਰਾ ਘੋੜੇ 'ਤੇ ਲਾ ਕੇ ਮਾੜਾ ਮੋਟਾ ਤੋੜ ਫੇਰ ਕਰ ਲਿਆ ਉਹਦੇ ਲੱਛਣ ਦੇਖ ਗਏ ਵੀਰੇ ਵੀ ਹਾਂ ਇਹਨੇ ਲਿੱਦ ਵੀ ਕਰੀ ਹੋਈ ਹੈ ਇਹਨੇ ਪਿਸ਼ਾਬ ਵੀ ਕਰਿਆ ਹੋਇਆ ਜੇ ਮਾੜਾ ਮੋਟਾ ਦਰਦ ਹੋ ਰਿਹਾ ਤਾਂ ਹੋ ਕੇ ਚੇਤਾ ਰਿਹਾ ਤਾਂ 100% ਵੀਰੇ ਉਹ ਗੈਸ ਗੂਸ ਦਾ ਹੀ ਦਰਦ ਹੋ ਗਿਆ ਜਦੋਂ ਵੀਰੇ ਆਪਾਂ ਉਹਦੇ ਪੇਨ ਕਿਲਰ ਵਗੈਰਾ ਲਾ ਕੇ ਉਹਨੂੰ 20 ਮਿੰਟ ਅੱਧਾ ਘੰਟਾ ਬਾਹਰ ਤੋੜ ਲਿਆ ਘੋੜੀ ਨੂੰ ਆਪਾਂ ਹਾਂ 5-4 ਘੰਟੇ ਉਹਨੂੰ ਖਾਣ ਪੀਣ ਨੂੰ ਕੁਛ ਪਾਇਆ ਨਹੀਂ ਹੈਗਾ ਉਹ ਤੋਂ ਬਾਅਦ ਵੀਰੇ ਉਹ ਪੂਰੀ ਸਹੀ ਹੈ ਤਾਂ ਸਹੀ ਹੈ ਜੇ ਵੀਰੇ ਆਪਾਂ ਲੱਗਦਾ ਵੀ ਕੋਈ ਪ੍ਰੋਬਲਮ ਹੈ ਇਹਨੇ ਲਿੱਦ ਨਹੀਂ ਕਰੀ ਇਹਨੇ ਪਿਸ਼ਾਬ ਨਹੀਂ ਕਰਦੇ ਆਪਾਂ ਡਾਕਟਰ ਕਿਉਂਕਿ ਘੋੜੀਆਂ ਨੂੰ ਮਤਲਬ ਪਿਸ਼ਾਬ ਦਾ ਬੰਨ ਬਹੁਤ ਰੇਅਰ ਹੈ ਕਹਿੰਦੇ ਪਰ 90% ਤੇ ਆਉਂਦੇ ਨੇ ਘੋੜੇ ਨੂੰ ਵੱਧ ਪੈਸਾ ਆਉਂਦਾ ਹਾਂਜੀ ਘੋੜਾ ਡੇਲੀ
ਪਾਣੀ ਦੀ ਚਾਰ ਬਾਲਟੀਆਂ ਪੀ ਲੈਂਦਾ ਐਵਰੇਜ 40 ਤੋਂ 50 ਲੀਟਰ ਪਾਣੀ ਪੀਂਦਾ ਹੈ ਜਿਹੜਾ ਬੰਦਾ ਵੀਰ ਉਹਦੀ ਕੇਅਰ ਕਰ ਰਿਹਾ ਉਹਨੂੰ ਡੇਲੀ ਪਾਣੀ ਦੇ ਰਿਹਾ ਅੱਜ ਥੋੜ੍ਹਾ ਜਿਹਾ ਘੋੜੇ ਦੇ ਪਾਣੀ ਵੀਰੇ ਘੱਟ ਕਰਦਾ ਕੱਲ੍ਹ ਨੂੰ ਹੋਰ ਘੱਟ ਕਰਦਾ ਪਰਸੋਂ ਹੋਰ ਵੀਰੇ ਪਾਣੀ ਉਹਨੇ ਮੂੰਹ ਮਾਰ ਕੇ ਪਾਣੀ ਛੱਡ ਦਿੰਦਾ ਜਾਂ 5-7 ਲੀਟਰ ਪਾਣੀ ਪੀਂਦਾ ਮਤਲਬ ਉਹ ਹੌਲੀ ਹੌਲੀ ਪ੍ਰੋਬਲਮ ਬਣਦੀ ਹੈ ਨਾ ਬਣਦੀ ਇੱਕੋ ਦਮ ਨਹੀਂ ਹਾਂ ਗੱਲ ਸਾਫ ਤੇ ਵੀਰੇ ਜੇ ਤੁਸੀਂ ਆਪਣੇ ਜਾਨਵਰ ਦੀ ਕੇਅਰ ਕਰਦੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਮੇਰੇ ਜਾਨਵਰ ਦਾ ਡੇਲੀ ਕੀ ਖਾਂਦਾ ਤੇ ਕੀ ਪੀਂਦਾ ਤੇ ਵੱਧ ਪੀ ਰਿਹਾ ਜੀ ਘੱਟ ਖਾ ਰਿਹਾ ਅੱਛਾ ਭਾਈ ਜੀ ਆਪਾਂ ਇੱਕ ਹੋਰ ਗੱਲ ਦੱਸ ਦਈਏ ਦਰਸ਼ਕਾਂ ਨੂੰ ਨਾ ਹਾਂਜੀ ਆਪਣੇ ਬਾਰੇ ਵੀ ਚਲੋ ਆਪਾਂ ਨੂੰ ਵੀ ਸਿੱਖਣ ਵਾਲੀ ਹੈ ਵੀ ਬੜੀ ਤਪੱਸਿਆ ਵਾਲਾ ਕੰਮ ਹੈ ਜਿਵੇਂ ਬਾਈ ਉਹਨਾਂ ਨੇ ਦੱਸਿਆ ਵੀ ਕੱਲੀ ਮਤਲਬ ਵੱਡੀ ਵੱਡੀਆਂ ਵੀਡੀਓ ਦੇਖ ਕੇ ਵੀ ਕੋਈ ਘੋੜਾ 8 ਕਰੋੜ ਦਾ ਡਿੱਗਿਆ ਜਾਂ 2 ਕਰੋੜ ਦਾ 50 ਲੱਖ ਦਾ ਡਿੱਗਿਆ ਇਹ ਚੱਕਰ 'ਚ ਘੋੜਾ ਰੱਖਣ ਦੀ ਕੋਸ਼ਿਸ਼ ਨਹੀਂ ਕਰਨੀ ਕਿਸੇ ਨੇ ਵੀ ਬਾਈ ਉਹਨਾਂ ਨੇ ਦੱਸਿਆ ਵੀ ਤਪੱਸਿਆ ਖੁੱਲ੍ਹਾ ਕਈ ਚ ਰਿਸੇ ਕੱਟਣੇ ਪੈਂਦੇ ਨੇ ਕਈ ਸਾਲਾਂ ਦੇ ਅਤੇ ਆਪਣਾ ਦੇਖ ਕੇ ਸ਼ੌਂਕ ਨਾਲ ਜਿਗਰੇ ਨਾਲ ਤਾਂ ਘੋੜਾ ਰੱਖੋ ਕਿਉਂਕਿ ਉਹਦੇ ਵਾਸਤੇ ਘਰ ਦੇ ਵਿੱਚ ਪੁਲਿਸ ਹਾਂ ਨਹੀਂ ਪੰਗਾ ਨਾ ਲਵੋ ਹੁਣ ਇੱਕ ਛੋਟੀ ਜਿਹੀ ਗੱਲ ਹੈ ਤਪੱਸਿਆ ਦੀ ਗੱਲ ਬਈ ਹੁਣ ਆਪਣੇ ਜਦੋਂ ਜਾਣਕਾਰ ਨੇ ਉਹਨਾਂ ਨੇ ਸਟੈਲੀਅਨ ਰੱਖਿਆ ਉਹ ਬਾਈ ਨਾਲ ਗੱਲ ਚੱਲਦੀ ਤਾਂ ਦੱਸਦੇ ਸੀ ਕਹਿੰਦੇ ਅਸੀਂ ਸਵੇਰੇ 3 ਵਜੇ ਉੱਠਦੇ ਹਾਂ ਜਿਵੇਂ ਹੁਣ ਗਰਮੀ ਹੈ 3 ਵਜੇ ਘੋੜਾ ਰਿੰਗ 'ਚ ਛੱਡਦੇ ਹਾਂ ਫਿਰ 5 ਵਜੇ ਤੱਕ ਘੋੜੇ ਰਹਿਣੇ ਸੱਟ ਪੇਟ ਨਾ ਖਾਲੇ ਫਿਰ 5 ਵਜੇ ਫੇਰ ਬੰਦ ਕਰਦੇ ਹਾਂ ਦਿਨ 'ਚ ਬਾਹਰ ਨਹੀਂ ਕੱਢਦੇ ਉਹ ਤਪੱਸਿਆ ਹੀ ਹੋ ਗਈ ਜਿਵੇਂ ਹੁਣ ਗਰਮੀ ਕਾਫੀ ਜ਼ਿਆਦਾ ਪੈ ਰਹੀ ਹੈ ਗਰਮੀ ਜਿਹੜੇ ਜਾਨਵਰ ਸਾਹਮਣੇ ਜਿਹੜੇ ਤਾਂ ਪੁਰਾਣੇ ਫਾਰਮ ਹੋ ਗਏ ਉਹਨਾਂ 'ਚ ਤਾਂ ਵੀਰੇ ਵੱਡੇ ਦਰਖਤ ਜਿਵੇਂ ਬੋਹ ਦਾ ਹੋ ਗਿਆ ਪੇਪਰ ਦਾ ਹੋ ਗਿਆ ਉਹਦਾ ਵੀਰੇ ਹੈਗੀਆਂ ਨੇ ਉੱਥੇ ਜ਼ਿਆਦਾ ਕਾਫੀ ਜ਼ਿਆਦਾ ਜਿਵੇਂ ਹੁਣ ਮੇਰੇ ਵਰਗੇ ਮੇਰੇ ਭਰਾ ਜਿਹੜੇ ਨਵੇਂ ਜਾਨਵਰ ਰੱਖ ਰਹੇ ਨੇ 1-2 ਸਾਲ ਤੋਂ ਉਹਨਾਂ ਕੋਲ ਵੀਰੇ ਘਰੇ ਜਾਨਵਰ ਰੱਖੇ ਹੋਏ ਨੇ ਕੋਈ ਫਾਰਮ ਟਾਈਪ ਕੋਈ ਵੱਡੀ ਚੀਜ਼ ਨਹੀਂ ਉਹਨਾਂ ਹੈਗੀ ਹੈ ਨਾ ਤਾਂ ਵੀਰੇ ਉਹਨਾਂ ਨੂੰ ਗਰਮੀ 'ਚ ਜਾ ਕੇ ਥੋੜ੍ਹੀ ਦਿੱਕਤ ਆ ਜਾਂਦੀ ਇਸ ਕਰਕੇ ਵੀਰੇ ਜਾਨਵਰ ਨੂੰ ਐਕਸਰਸਾਈਜ਼ ਵੀ ਕਰਾਉਣੀ ਜ਼ਰੂਰੀ ਹੈ ਤਾਂ ਵੀਰੇ ਉਹ ਬੰਦੇ ਮਿਹਨਤ ਕਰਦੇ ਨੇ ਸੋਚਦੇ ਵੀਰੇ ਸੂਰਜ ਚੜ੍ਹਨ ਤੋਂ ਪਹਿਲਾਂ ਠੰਡੇ ਠੰਡੇ ਜਾਂਦੇ ਦਵਾਈ ਨਾਲੇ ਆਪਣੇ ਸਰੀਰ ਦੀ ਐਕਸਰਸਾਈਜ਼ ਨਾਲੇ ਘੋੜੇ ਹਾਂਜੀ ਬੰਦਾ ਆਪ ਸੈੱਟ ਰਹਿੰਦਾ ਨਾਲੇ ਘੋੜਾ ਦਰਸਤ ਰਹਿੰਦਾ ਇੱਕ ਪੈਰਾਂ ਦੀ ਗੱਲ ਦੱਸੋ ਵੀ ਜਿਵੇਂ ਹੁਣ ਘੋੜੇ ਦਾ ਜਿਹੜਾ ਸਮਾਂ ਹੁੰਦਾ ਹਾਂਜੀ ਆਪਾਂ ਰਾਈਡਿੰਗ ਕਰਦੇ ਆ ਲਾਓ ਜਿਹੜੇ ਬੰਦੇ ਰਾਈਡਿੰਗ ਕਰਦੇ ਜਾਂ ਨਾਰਮਲ ਵੀ ਹਾਂਜੀ ਮਤਲਬ ਘੋੜੇ ਦਾ ਜਿਹੜਾ ਸਮਾਂ ਐਵੇਂ ਮਤਲਬ ਆਹ ਚੀਜ਼ ਹੁੰਦੀ ਹੈ ਗੋਲ ਹਾਂਜੀ ਹੈਨਾ ਉਹ ਜਿਹੜਾ ਵੈਰੀ ਨੂੰ ਮਤਲਬ ਤੁਹਾਡੇ ਹਿਸਾਬ ਨਾਲ ਜਿਹੜੀ ਜਿੰਨੀ ਤੁਹਾਨੂੰ ਨੌਲੇਜ ਜੇ ਅਸੀਂ ਤੁਹਾਨੂੰ ਪੁੱਛ ਰਹੇ ਹਾਂ ਵੀ ਘੋੜੇ ਦਾ ਮਤਲਬ ਕਿ ਜਿਹੜਾ ਸੁਣਦਾ ਉਹ ਖੜਵਾ ਹਮੇਸ਼ਾ ਬਣਾਉਣਾ ਚਾਹੀਦਾ ਹੈ ਜਾਂ ਲੰਬਾ ਹੋਣਾ ਚਾਹੀਦਾ ਹੈ ਕਿਵੇਂ ਢਾਲ ਹੋਣੀ ਚਾਹੀਦੀ ਸਿੱਧਾ ਹੋਣਾ ਸਭ ਤੋਂ ਵੱਡੀ ਗੱਲ ਤਾਂ ਦੇਖੋ ਜਿਵੇਂ ਉਹੀ ਗੱਲ ਫੇਰ ਆ ਗਈ ਕਿ ਜਿਵੇਂ ਜਾਨਵਰ ਮਹਿੰਗੇ ਨੇ ਅੱਜ ਦੇ ਸਮੇਂ 'ਚ ਵੀਰੇ ਫੈਰਿਟ ਵੀ ਤੁਹਾਡੇ ਕੋਲ ਚੰਗਾ ਫੈਰੀ ਲਾਉਣਾ ਚਾਹੀਦਾ ਦੱਸੂਗਾ ਕਿੰਨੀ ਹੀਲ ਕੱਟ ਸਕਦੇ ਕਿੰਨੀ ਦੇਖੋ ਹੁਣ ਮੈਂ ਤੁਹਾਨੂੰ ਕਹਿਦਾ ਜਿਵੇਂ ਲੇਡੀਜ਼ ਦੇ ਕੋਟ ਨੇ ਉਹ ਲੰਬੀ ਹੀਲ ਪਾ ਦਿੰਦੀ ਹੈ ਦੇਖੋ ਉਹਦੇ 'ਚ ਕੰਫਰਟੇਬਲ ਤਾਂ ਨਹੀਂ ਰਹਿ ਸਕਦੀ ਜਿਹੜੀ ਪਰ ਰਿਲੈਕਸ ਨੋਰਮਲ ਚੱਪਲ 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 ਪਾ ਲਏ ਉਹਦੇ 'ਚ ਮੈਂ ਕਿੰਨਾ ਰਿਲੈਕਸ ਫੀਲ ਕਰਾਂਗੇ ਪੱਪੂ ਮੈਂ ਇੱਕ ਵਾਰ ਸਟੇਜ ਤੋਂ ਗੱਲ ਗਈ ਸੀ ਕਹਿੰਦੇ ਵੀ ਹੀਲ ਪਾਉਂਦੇ ਨੇ ਤਾਂ ਪਾਈਏ ਵੀ ਹੌਲੀ ਹੌਲੀ ਜਾਵੇ ਤਾਂ ਸਦਾ ਵੀਰੇ ਉਹਦੇ 'ਚ ਨਹੀਂ ਜਾਨਵਰ ਐਵੇਂ ਰਹਿ ਸਕਦਾ ਮੇਰੇ ਹਿਸਾਬ 'ਚ ਵੀਰੇ ਉਹਦੀ ਗਮਚੀ 'ਚ ਨੌਲੇਜ ਰੱਖਦਾ ਹੋਵੇ ਚੰਗੀ ਫੈਰੀਅਰ ਤੋਂ ਹੀ ਪੈਰ ਜਿਹੜੇ ਪਿਛਲੇ ਪੈਰ ਨੇ ਉਹਨਾਂ ਦਾ ਪੂਰੀਆਂ ਮਤਲਬ ਲਾਜ਼ਮੀ ਲਵਾਉਣੀ ਜਾਂ ਨਹੀਂ ਲਵਾਉਣੀ ਚਾਹੀਦੀ ਵੀਰੇ ਦੇਖੋ ਜਿਹੜਾ ਤੁਹਾਡਾ ਜਾਨਵਰ ਪੈਰ ਘਸਾ ਰਿਹਾ ਪਿਛਲੇ ਜ਼ਿਆਦਾ ਪੈਰ ਘਸਾਉਂਦਾ ਹੈ ਠੀਕ ਹੈ ਜੀ ਆਪਾਂ ਜਾਨਵਰ ਦੇ ਜਿਵੇਂ ਪੈਰ ਸਾਫ ਕਰਦੇ ਆ ਰਾਈਡ ਤੋਂ ਬਾਅਦ ਹੈ ਨਾ ਮੀਟਰ ਮੁੱਕਣਾ ਵਿੱਚ ਲੱਗੀ ਵੀ ਹੋਵੇ ਉਹ 5-4 ਰਾਈਡਾਂ ਤੋਂ ਬਾਅਦ ਤੁਹਾਨੂੰ ਦੱਸ ਪੂਗਾ ਵੀ ਹਾਂ ਉਹਦੇ ਵੀ ਪੈਰ ਥੋੜ੍ਹੇ ਜ਼ਿਆਦਾ ਘਸ ਕੇ ਅੰਦਰ ਤੋਂ ਬਾਹਰ ਲਾ ਕੇ ਨਿਕਲ ਕੇ ਜਾਂ ਪੈਰ ਕੱਚੇ ਨਿਕਲਣ ਲੱਗ ਗਏ ਠੀਕ ਹੈ ਜੀ ਹੈ ਨਾ ਵੀ ਯਾਰ ਇਹਨੂੰ ਲੋੜ ਹੈ ਠੀਕ ਹੈ ਜੀ ਜਦੋਂ ਤੁਹਾਡੇ ਕੋਲ ਫੈਰੀ ਜਾਊਗਾ ਅਗਲੀ ਵਾਰੀ ਬਣਾਉਣ ਫੈਰੀ ਦੱਸ ਦੂੰਗਾ ਤੁਹਾਨੂੰ ਬਈ ਹਾਂ ਇਹਦੇ ਜਾਂ ਨਹੀਂ ਪੈਰਾਂ ਦਾ ਤਾਂ ਵੀਰੇ ਮੈਂ ਤੁਹਾਨੂੰ ਇੰਨਾ ਦੱਸਦਾ ਵੀ ਜਿੰਨੀ ਕੁ ਮੈਨੂੰ ਨੌਲੇਜ ਵੀਰੇ ਮੈਂ ਕਦੇ ਫੈਰੀਅਰ ਤੋਂ ਫੈਰੀਅਰ ਦੀ ਸਲਾਹ ਤੋਂ ਬਿਨਾਂ ਕਦੇ ਕੋਈ ਕੰਮ ਨਹੀਂ ਕਰਿਆ ਵੀ ਹਾਂ ਕਦੇ ਫੈਰੀਅਰ ਨੂੰ ਐਂ ਨਹੀਂ ਕਿਹਾ ਵੀ ਹਾਂ ਵੀ ਇਹਦੀ ਹੇਡ ਤੋਂ ਜ਼ਿਆਦਾ ਉੱਚੀ ਕਰ ਕਦੇ ਫੈਰੀਅਰ ਨੂੰ ਬਾਈ ਐਂ ਨਹੀਂ ਕਿਹਾ ਵੀ ਇਹਦੇ ਜਿਵੇਂ ਹੁਣ ਜਾਨਵਰ ਤੋਰਦੇ ਵੀ ਇਹਦੇ ਪਿਛਲੇ ਪੈਰਾਂ ਦੇ ਵਿੱਚ ਜ਼ਬਰਦਸਤੀ ਖੁੱਲ੍ਹ ਜਾਂਦਾ ਜਿਵੇਂ ਉਹਨੂੰ ਕਹਿ ਦਿੰਦੇ ਵੀਰੇ ਜਿਵੇਂ ਤੈਨੂੰ ਸਹੀ ਲੱਗਦਾ ਤੇਰੀ ਸਟੱਡੀ ਦੇ ਅਕੋਰਡਿੰਗ ਉਵੇਂ ਕੰਮ ਕਰ ਵੀਰੇ ਜਿਵੇਂ ਹੁਣ ਗਰਮੀ ਹੈ ਗਰਮੀ ਤੋਂ ਮਤਲਬ ਕੋਈ ਹੱਲ ਪਹੁੰਚਿਆ ਆਪਣੇ ਦਰਸ਼ਕਾਂ ਨੂੰ ਜਿਹੜੇ ਦੱਸ ਸਕੋ ਵੀ ਆਪਾਂ ਗਰਮੀ ਤੋਂ ਜਿਵੇਂ ਬਚਾ ਸਕੀਏ ਆਪਣੇ ਡੰਗਰਾਂ ਨੂੰ ਕੀ ਖਵਾਉਣਾ ਪਿਲਾਉਣਾ ਚਾਹੀਦਾ ਜਿਵੇਂ ਠੰਡਾ ਰਹਿ ਮਤਾ ਉਹਨਾਂ ਦਾ ਜਾਂਦਰੋਂ ਢਿੱਡ ਬਾਰੇ ਠੰਡਾ ਗਰਮੀ 'ਚ ਆਪਾਂ ਦੇਖੋ ਜਿਵੇਂ ਦੁਪਹਿਰ ਨੂੰ ਪਾਣੀ ਦਿੰਦੇ ਹਾਂ ਕਾਲਜ ਵੀਰੇ ਜਿਹੜਾ ਸਾਰਾ ਸੈਕਟਰ ਦਾ ਘੋਲ ਕੇ ਪਿਲਾ ਦਿੰਦੇ ਠੀਕ ਹੈ ਜੀ ਤਾਂ 2-4 ਦਿਨ ਵੀਰੇ ਸੈਕਟਰ ਪਿਲਾ ਤੀ ਉਹ ਤੋਂ ਬਾਅਦ ਵੀਰੇ ਜਿਵੇਂ ਦੁਪਹਿਰ ਨੂੰ ਵੀ ਥੋੜ੍ਹਾ ਦਹੀਂ ਹੋ ਗਿਆ ਦਹੀਂ 'ਚ ਵੀਰੇ
क्योंकि देखो चार दिन शक्कर यूज कर लो दो चार दिन दही ज्यादा खर्चा पेगा जो मैं कह दी हम डेली जानवर तीन किलो चार दही दे चार चमचे घोल के फिर नाले जिम्मे वैसे पीता पानी वैसे पिया गर्मी तो काफी बचा रहा ठगी ला जांदा चाहे अपनी घट ना चलो अगली चीज अगला महंगे भा दी बेचे आप नहीं सजदी ना खरीदो पर मैं गलत बंदे नूं गलत चीज ना करो नवे बंदे नूं मतलब की थोड़ा मैसेज है मतलब घोड़ा इंडस्ट्री वास्ते मेरा मैसेज तां देखो आते समय च हर एक बंदा सियाणा कोई मेरे न्याणा नहीं है जेड़ा घर तो पैसे लाने पाए निकलिया पांच सत्त लाख रुपया जिन्हें लावा दस लाख रुपए किसी जानवर के बच्चे या बच्ची से लावा वह न्याणा नहीं है बाकी मेरे टोकरा खा के अकल आँदी है अज थोड़े को नवा बंदा आ जाए जानवर लैंड में तुम उन्होंने सही सलाह दे दो थोड़ी सलाह चंकी लगनी मिलेगी जो तू पांच चार बार मेरे मार्केट से फिर के वो चंगा मोटा टीका लगा दूंगा पता लग जूगा भी हाँ यार है ना सही है गलत की है पहले दिन को महंगा जानवर रखना पंद्रह महीना जानवर रख के बी रख रखाव का पता लग जूगा अपने पता लग जूगा बी अज तक देखो जानवर रखा नहीं है अज तक शौक है ਜਦੋਂ ਜਾਨਵਰ ਰੱਖ ਲਾਂਗੇ ਵੀ ਉਹਨੂੰ ਗੱਲਾਂ ਬਦਲ ਜਾਂਦੀਆਂ ਗੱਲਾਂ ਵੈਸੇ ਹੀ ਬਦਲ ਜਾਂਦੀਆਂ ਕਿੰਨੇ ਟਾਈਮ ਆਪਾਂ ਖੜ ਕੇ ਬਾਈ ਉਹਦੇ ਖਰਖਾ ਮਾਰ ਸਕਦੇ ਹਾਂ ਕਿੰਨੇ ਟਾਈਮ ਆਪਾਂ ਦੀ ਮਾਲਿਸ਼ ਕਰ ਸਕਦੇ ਹਾਂ ਹਨਾ ਕਿੰਨੇ ਕੁ ਸਮਾਂ ਆਪਾਂ ਜਾਨਵਰ ਨੂੰ ਦੇ ਸਕਦੇ ਹਾਂ ਫਿਰ ਪਤਾ ਲੱਗਦਾ ਭਰਾਵਾ ਵੀ ਹਾਂ ਹੁਣ ਮੈਂ ਜਾਨਵਰ ਰੱਖਣ ਜੋਗਾ ਹੋ ਗਿਆ ਹੁਣ ਮੈਂ ਥੋੜ੍ਹਾ ਜਿਹਾ ਵਧੀਆ ਰੱਖ ਲਾਂ ਇਹਨੂੰ ਵਧੀਆ ਰੱਖ ਕੇ ਥੋੜ੍ਹਾ ਜਿਹਾ ਬੱਚਾ ਲੈ ਜੂਗਾ ਹਾਂ ਬੱਚਾ ਰੱਖ ਕੇ ਚੰਗਾ ਬੱਚਾ ਆ ਜੂਗਾ ਵੀ ਫਿਰ ਜਾ ਕੇ ਥੋੜ੍ਹਾ ਜਿਹਾ ਬੰਦਾ ਸਟੈਂਡ ਕਰ ਲਾਂਗੇ ਸੋ ਬਾਈ ਆਪਾਂ ਇੱਥੇ ਸਮਾਪਤੀ ਕਰਦੇ ਹਾਂ ਵੀਡੀਓ ਦੀ ਮੇਰਾ ਤਾਂ ਬੜੀ ਲੈਂਥੀ ਹੋ ਗਈ ਅਸੀਂ ਟਾਈਮ ਤਾਂ ਨੋਟ ਕਰਿਆ ਨਹੀਂ ਹੈਗਾ ਤੇ ਬਾਈ ਦਰਸ਼ਕਾਂ ਨੂੰ ਬਹੁਤ ਸਾਰੀਆਂ ਚੰਗੀਆਂ ਗੱਲਾਂ ਬਾਈ ਨੂੰ ਤਜਰਬੇ ਤੋਂ ਸਿੱਖਣ ਨੂੰ ਮਿਲੀਆਂ ਹੋਣਗੀਆਂ ਤੇ ਸਾਨੂੰ ਵੀ ਤੇ ਜੋ ਜੋ ਵੀ ਚੰਗੀਆਂ ਗੱਲਾਂ ਲੱਗੀਆਂ ਸਿੱਖਣ ਨੂੰ ਮਿਲਿਆ ਸਾਨੂੰ ਕਮੈਂਟ ਕਰਕੇ ਸਾਨੂੰ ਲਾਈਕ ਜ਼ਰੂਰ ਕਰੋ ਤੇ ਦੱਸਿਓ ਵੀ ਕਿਵੇਂ ਤੁਹਾਨੂੰ ਵੀਡੀਓ ਲੱਗੀ ਤੇ ਅੱਗੇ ਅਸੀਂ ਹੋਰ ਚੰਗਾ ਕੰਮ ਕਰ ਸਕੀਏ ਬਾਈ ਦਾ ਬਹੁਤ ਬਹੁਤ ਧੰਨਵਾਦ ਸਿੱਖਿਆ ਨੂੰ ਗਿਆਨ ਨੂੰ ਆਖਿਆ ਦੇ ਖੁੱਲ੍ਹੇ ਦਿਲ ਨਾਲ ਬਾਈ ਉਹਨਾਂ ਨੇ ਸਾਡਾ ਸਵਾਗਤ ਕੀਤਾ ਤੇ ਚਾਹ ਪਾਣੀ ਛਕਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ